ਪਚੈਤਾ ਭੰਗ ਕਰਨ ਦੀ ਲੋੜ ਪੈ ਗਈ ਇਹਨਾਂ ਨੂੰ ਭਗਵੰਤ ਮਾਨ ਨੂੰ ਜਾਂ ਉਹਨਾਂ ਦੀ ਸਾਰੀ ਟੀਮ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਜਿਹੜੀਆਂ ਇਹਨਾਂ ਨੇ ਜਿਹੜੀਆਂ ਪਚੈਤਾ ਭੰਗ ਕੀਤੀਆਂ ਨਾ ਉਹਨਾਂ ਦਾ ਇਹਨਾਂ ਦਾ ਆਪ ਦਾ ਪੋਲੀਟੀਕਲ ਮਫਾਦ ਆ ਉਹਨਾਂ ਦਾ ਉਹਨਾਂ ਨੇ ਆਪ ਦੇ ਮਫਾਦ ਵਾਸਤੇ ਪਚੈਤਾ ਭੰਗ ਕੀਤੀਆਂ ਮੰਨ ਲਓ ਆਪਾਂ ਆਧਾਰ ਚੱਕ ਲੈਂਦੇ ਇੱਟਾਂ ਚੱਕ ਲੈਂਦੇ ਸੀਮੈਂਟ ਬਜਰੀ ਰੇਤਾ ਚੱਕ ਲੈਂਦੇ ਹਾਂ ਜਾਂ ਲੇਬਰ ਤੋਂ ਕੰਮ ਕਰਾ ਲੈਂਦੇ ਹਾਂ ਵੀ ਜਿਹੜਾ ਉਧਾਰ ਆ ਉਹ ਵੀ ਇਹਨਾਂ ਨੇ ਇੱਕ ਬੈਂਕਾਂ ਨੂੰ ਵੀ ਚਿੱਠੀਆਂ ਕੱਢਤੀਆਂ ਵੀ ਕਿਸੇ ਨੇ ਕੋਈ ਵੀ ਪੇਮੈਂਟ ਨਹੀਂ ਕਰਨੀ ਦੇਖੋ ਇਹ ਲੋਕਤੰਤਰ ਨੂੰ ਮਾਰਨ ਵਾਸਤੇ ਭਗਵੰਤ ਮਾਨ ਨੇ ਜਾਂ ਉਹਨਾਂ ਦੀ ਟੀਮ ਨੇ ਇਹ ਕੁਛ ਕੀਤਾ 6 ਮਹੀਨੇ ਜਾਂ 7 ਮਹੀਨੇ ਅਤੇ ਉਹ ਲੋਕ ਦਫ਼ਤਰਾਂ 'ਚ ਧੱਕੇ ਖਾਣਗੇ ਨਹੀਂ ਤਾਂ ਪਿੰਡ ਸਰਪੰਚ ਕੋਲ ਜਾਂਦੇ ਸੀ ਪੰਚਾਇਤ ਮੈਂਬਰ ਕੋਲ ਜਾਂਦੇ ਸੀ ਸਾਈਨ ਕਰਾ ਲੈਂਦੇ ਸੀ ਅਤੇ ਹੁਣ ਜਿਹੜੇ ਮੰਨ ਲਓ ਪਹਿਲਾਂ ਪ੍ਰਬੰਧਕ ਨੂੰ ਲੱਭਣਗੇ ਇੱਕ ਪ੍ਰਬੰਧਕ ਕੋਲ ਘੱਟੋ ਘੱਟ 25 ਪਿੰਡ ਹੋਣੇ ਆ ਅਤੇ 20-25 ਪਿੰਡਾਂ ਵਾਲੇ ਪ੍ਰਬੰਧਕ ਨੂੰ ਦਫ਼ਤਰਾਂ 'ਚ ਲੱਭ ਲੈਣਗੇ ਇਹਨਾਂ ਨੇ ਸਿਰਫ ਸਾਨੂੰ ਬਦਨਾਮ ਕਰਨ ਦੇ ਵਾਸਤੇ ਵੀ ਇਹਨਾਂ ਦੇ ਖਾਤਿਆਂ 'ਚ ਤਾਂ ਇੰਨੇ ਪੈਸੇ ਪਏ ਸੀ ਇਹ ਤਾਂ ਸਰਪੰਚ ਜਾਣ ਕੇ ਕੰਮ ਨਹੀਂ ਕਰਦੇ ਸੀ ਅਤੇ ਉਹ ਜਿਹੜੇ ਬੰਦੇ ਆਪਦੇ ਬੰਦੇ ਅੱਗੇ ਲਾ ਕੇ ਉਹ ਤਾਂ ਨਾ ਹੀ ਹੋਊਗਾ ਪ੍ਰਬੰਧਕਾਂ ਦਾ ਅਤੇ ਆਪਦੇ ਬੰਦੇ ਲਾਉਣਗੇ ਵੀ ਉਹ ਬੰਦੇ ਕੋਲ ਜਾ ਵੜੋ ਅਤੇ ਬਦਨਾਮ ਸਾਨੂੰ ਕਰਨਗੇ ਵੇਖ ਲਓ ਪੈਸਾ ਦਾ ਪਿਆ ਸੀ ਇਹਨਾਂ ਇਹ ਜਾਣ ਕੇ ਨਹੀਂ ਕੰਮ ਕਰਦੇ ਸੀ ਜਿਵੇਂ ਨਾ ਕੋਈ ਨਵੀਂ ਆਪਾਂ ਬਹੂ ਆਉਂਦੀ ਹੈ ਅਤੇ ਆਪਾਂ ਕਹਿੰਦੇ ਨੇ ਵੀ ਭਾਈ ਆਪਾਂ ਦੂਜਾ ਕੀ ਕਹਿੰਦੇ ਨੇ ਇਹ ਕੋਈ ਮਿੱਠੀਆਂ ਰੋਟੀਆਂ ਪਕਾਉਂਦੇ ਆ ਬੜੀਆਂ ਵਧੀਆ ਪਕਾਊਗੀ ਪਤਾ ਤਾਂ ਉਦੋਂ ਲੱਗਦਾ ਨਾ ਜਦੋਂ ਰੰਗ ਕੱਢਦੀ ਹੈ ਹੁਣ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਬਹੁਤ ਮਾੜੇ ਹੈ ਇਹ ਇਹਨਾਂ ਦਾ ਪੈਸਾ ਨਹੀਂ ਜੀ ਇਹ ਸੈਂਟਰ ਦਾ ਪੈਸਾ ਵਿੱਤ ਕਮਿਸ਼ਨ ਦਾ ਪੈਸਾ ਫਿਰ ਤਾਂ ਫਿਰ ਜੇ ਸਹੀ ਨਾ ਲੱਗੂ ਵਿੱਤ ਕਮਿਸ਼ਨ ਦਾ ਪੈਸਾ ਫਿਰ ਤੁਸੀਂ ਆਪ ਹੀ ਦੱਸੋ ਫਿਰ ਕੀ ਭੰਗ ਹੋਣਾ ਚਾਹੀਦਾ ਫਿਰ ਪੰਜਾਬ ਸਰਕਾਰ ਭੰਗ ਹੋਣੀ ਚਾਹੀਦੀ ਹੈ ਨਾ ਜੀ ਅਤੇ ਇਹ ਪੰਜਾਬ ਸਰਕਾਰ ਪਚੇਤਾ ਭੰਗ ਕਰੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੀਆਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਦਸੰਬਰ ਤੱਕ ਜਿਹੜੀਆਂ ਚੋਣਾਂ ਕਰਵਾਈਆਂ ਜਾਣਗੀਆਂ ਤਾਂ ਪੰਚਾਇਤਾਂ ਨੂੰ ਇਸ ਕਰਕੇ ਭੰਗ ਕਰ ਦਿੱਤਾ ਗਿਆ ਅਤੇ ਪ੍ਰਬੰਧਕ ਲਾਏ ਜਾਣਗੇ ਪ੍ਰਬੰਧਕ ਹੈ ਜਿਹੜੇ ਉਹ ਉਨਾ ਟਾਈਮ ਹੈ ਜਿਹੜਾ ਕੰਮ ਕਰਨਗੇ ਤਾਂ ਇਸ ਨੂੰ ਲੈ ਕੇ ਕਾਫੀ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ ਕੋਰਟ ਦੇ ਵਿੱਚ ਵੀ ਇਹ ਮੈਟਰ ਜਿਹੜਾ ਪਹੁੰਚ ਗਿਆ ਨੇ ਅਤੇ ਸਾਡੇ ਨਾਲ ਫਰੀਦਕੋਟ ਦੇ ਜਿੰਨੇ ਸਰਪੰਚ ਨੇ ਅਕਾਲੀ ਦਲ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਉਹ ਸਾਡੇ ਨਾਲ ਮੌਜੂਦ ਨੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਉਹ ਮੌਜੂਦ ਨੇ ਅਤੇ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਕਿ ਆਖਰ ਸਰਕਾਰ ਨੂੰ ਕਿਉਂ ਲੋੜ ਪਈ ਪੰਚਾਇਤਾਂ ਭੰਗ ਕਰਨ ਦੀ ਆਖਰ ਜੇ ਪੰਚਾਇਤਾਂ ਭੰਗ ਹੋਈਆਂ ਤਾਂ ਲੋਕਾਂ ਨੂੰ ਕਿਸ ਤਰੀਕੇ ਦੀਆਂ ਦਿੱਕਤਾਂ ਆ ਰਹੀਆਂ ਪਹਿਲਾਂ ਗੁਰਸ਼ਵਿੰਦਰ ਹੈ ਸਾਡੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸ਼ਵਿੰਦਰ ਜੀ ਸਵਾਗਤ ਹੈ ਬਲਕਿ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਤੁਸੀਂ ਜਿਹੜਾ ਸਾਡਾ ਪੱਖ ਹੈ ਜਿਹੜਾ ਲੋਕਤੰਤਰ ਦੀ ਰੀੜ੍ਹ ਦੀ ਹੱਡੀਆਂ ਪੰਚਾਇਤ ਉਹਦਾ ਪੱਖ ਸੁਣਨ ਵਾਸਤੇ ਅਤੇ ਗਾਂ ਪੰਜਾਬ 'ਚ ਤੁਹਾਡੇ ਮਾਧਿਅਮ ਰਾਹੀਂ ਜਾਣਾ ਉਹਦੇ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਜਿਹੜਾ ਤੁਸੀਂ ਸਵਾਲ ਕੀਤਾ ਵੀ ਪੰਚਾਇਤਾਂ ਇਹਨਾਂ ਨੇ ਭੰਗ ਕਿਉਂ ਕੀਤੀਆਂ ਦੇਖੋ ਪੰਜਾਬ ਸਰਕਾਰ ਜਿਹੜੇ ਮੁੱਦੇ ਨੂੰ ਲੈ ਕੇ ਸੱਤਾ 'ਚ ਆਈ ਸੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਇਹ ਗੱਲ ਕਹੀ ਸੀ ਵੀ ਸਾਡੇ ਸਰਕਾਰ ਬਣਾਓ ਸਾਡੀ ਅਤੇ ਸਾਡੇ MLA ਵੀ ਪਿੰਡਾਂ 'ਚ ਜਾਣਗੇ ਅਤੇ DC SSP ਵਗੈਰਾ ਜਿਹੜੇ ਅਫਸਰ ਵੀ ਆ ਜਿਨ੍ਹਾਂ ਦੀ ਲੋੜ ਹੁੰਦੀ ਆ ਲੋਕਾਂ ਨੂੰ ਪਿੰਡਾਂ 'ਚ ਉਹ ਲੋਕ ਵੀ ਤੁਹਾਡੀਆਂ ਸੱਥਾਂ 'ਚ ਆ ਕੇ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਤੁਹਾਡੇ ਉੱਥੇ ਹੀ ਮਸਲੇ ਹੱਲ ਕਰਿਆ ਕਰਨਗੇ ਤੁਹਾਨੂੰ ਸ਼ਹਿਰਾਂ 'ਚ ਦਫ਼ਤਰਾਂ 'ਚ ਆਉਣ ਦੀ ਲੋੜ ਨਹੀਂ ਇਹ ਕਹਿੰਦੇ ਸੀ ਕਿ ਵੀ ਜਿਹੜੇ ਆਮ ਬੰਦੇ ਆ ਉਹਨਾਂ ਨੂੰ ਦਫ਼ਤਰਾਂ ਦਾ ਨਹੀਂ ਪਤਾ ਹੁੰਦਾ ਅਤੇ ਆਮ ਬੰਦਾ ਦਫ਼ਤਰਾਂ 'ਚ ਧੱਕੇ ਖਾਂਦਾ ਅਤੇ ਉਦੋਂ ਜਦੋਂ ਕੰਮ ਨਹੀਂ ਇਹਨਾਂ ਦਾ ਕੋਈ ਹੁੰਦਾ ਤਾਂ ਸ਼ਾਮ ਨੂੰ ਥੱਕ ਹਾਰ ਕੇ ਘਰੇ ਚਲਿਆ ਜਾਂਦਾ ਬੜਾ ਡਿਮੋਰਲਾਈਜ਼ ਹੋ ਜਾਂਦਾ ਅਤੇ ਉਹ ਅਖੀਰ 'ਤੇ ਇਹ ਸਰਕਾਰਾਂ ਤੋਂ ਇਸੇ ਕਰਕੇ ਪਹਿਲਾਂ ਵਾਲੀਆਂ ਤੋਂ ਮੋਹ ਭੰਗ ਹੋਇਆ ਸੀ ਕਿਉਂਕਿ ਇਹਨਾਂ ਨੇ ਬੜੇ ਵਾਅਦੇ ਬੜੇ ਵੱਡੇ ਕਰ ਲਏ ਸੀ ਬੜਾ ਦਿਖਾਤਾ ਸੀ ਵੀ ਅਸੀਂ ਇਹ ਕਰਾਂਗੇ ਪਰ ਮੈਂ ਗੱਲ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਇਹ ਗੱਲ ਕਰਨਾ ਚਾਹੁੰਦਾ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੈ ਪੰਚਾਇਤ ਸਭ ਤੋਂ ਜਿਹੜਾ ਕਹਿ ਦਈਏ ਗਰਾਊਂਡ ਲੈਵਲ 'ਤੇ ਜੇ ਕੋਈ ਲੋਕਤੰਤਰ ਨੂੰ ਜਿਉਂਦਾ ਰੱਖਦਾ ਤਾਂ ਉਹ ਪੰਚਾਇਤ ਹੈ ਅਤੇ ਪੰਚਾਇਤਾਂ ਭੰਗ ਕਰਨ ਦੀ ਲੋੜ ਪੈ ਗਈ ਇਹਨਾਂ ਨੂੰ ਭਗਵੰਤ ਮਾਨ ਨੂੰ ਜਾਂ ਉਹਨਾਂ ਦੀ ਸਾਰੀ ਟੀਮ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਜਿਹੜੀਆਂ ਇਹਨਾਂ ਨੇ ਜਿਹੜੀਆਂ ਪੰਚਾਇਤਾਂ ਭੰਗ ਕੀਤੀਆਂ ਨਾ ਉਹਨਾਂ ਦਾ ਇਹਨਾਂ ਦਾ ਆਪ ਦਾ ਪੋਲੀਟੀਕਲ ਮਫਾਦ ਆ ਉਹਨਾਂ ਦਾ ਉਹਨਾਂ ਨੇ ਆਪਦੇ ਮਫਾਦ ਵਾਸਤੇ ਪੰਚਾਇਤਾਂ ਭੰਗ ਕੀਤੀਆਂ ਉਹਨਾਂ ਨੂੰ ਇਹ ਸੀ ਵੀ ਪੰਚਾਇਤਾਂ ਭੰਗ ਕਰ ਦਈਏ ਅਤੇ ਪ੍ਰਬੰਧਕ ਲਾ ਦਈਏ ਨਹੀਂ ਤਾਂ ਆਮ ਜਦੋਂ ਪੰਚਾਇਤਾਂ ਭੰਗ ਹੁੰਦੀਆਂ ਅੱਜ 1947 ਤੋਂ ਲੈ ਕੇ ਹੁਣ ਤੱਕ ਹਮੇਸ਼ਾ ਇਹ ਗੱਲ ਹੁੰਦੀ ਹੈ ਜਦੋਂ ਪੰਚਾਇਤ ਭੰਗ ਹੁੰਦੀ ਆ ਅਤੇ ਉਦੋਂ ਵੀ ਨਾਲ ਦੀ ਨਾਲ ਕੋਡ ਆਫ ਕੰਡਕਟ ਲੱਗ ਜਾਂਦਾ ਅਤੇ ਇਲੈਕਸ਼ਨ ਅਨਾਊਂਸ ਹੋ ਜਾਂਦਾ ਪਰ ਉਦੋਂ ਵੀ ਇੱਕ ਚਿੱਠੀ ਡਾਇਰੈਕਟਰ ਦਫ਼ਤਰ ਵੱਲੋਂ ਨਿਕਲਦੀ ਆ ਉਹਦੇ 'ਚ ਲਿਖਿਆ ਜਾਂਦਾ ਵੀ ਜਿਹੜੇ ਚਾਲੂ ਕੰਮ ਚਾਲੂ ਰਹਿਣਗੇ ਅਤੇ ਜਿਹੜੇ ਉਹਦੀਆਂ ਪੇਮੈਂਟਾਂ
ਉਹ ਨਾਲ ਦੀ ਨਾਲ ਪੰਚਾਇਤ ਕਰਦੀ ਰਹੂਗੀ। ਇਹਨਾਂ ਨੇ ਇੱਕ ਨਵੀਂ ਗੱਲ ਕੀਤੀ ਆ ਵੀ ਇੱਕ ਤਾਂ ਪਹਿਲਾਂ ਹੀ ਸਾਢੇ ਪੰਜ ਮਹੀਨੇ ਪਹਿਲਾਂ ਪੰਚਾਇਤਾਂ ਭੰਗ ਕੀਤੀਆਂ ਅਤੇ ਨਾਲ ਦੀ ਨਾਲ ਇੱਕ ਚਿੱਠੀ ਕੱਢੀ ਆ ਵੀ ਜਿਹੜੇ ਕੰਮ ਚੱਲੀ ਜਾਂਦੇ ਸੀ ਉਹ ਬੰਦ ਕਰੋ ਅਤੇ ਜਿਹੜਾ ਮੰਨ ਲਓ ਜਿਹੜੀ ਪੰਚਾਇਤ ਨੇ ਜਿਹੜੇ ਸਰਪੰਚ ਨੇ ਜੇ ਕੋਈ ਕੰਮ ਕੀਤਾ ਅਤੇ ਉਹਦੀ ਜਿਹੜੀ ਦੇਣਦਾਰੀ ਆ ਮੰਨ ਲਓ ਆਪਾਂ ਆਧਾਰ ਚੱਕ ਲੈਂਦੇ ਇੱਟਾਂ ਚੱਕ ਲੈਂਦੇ ਸੀਮੈਂਟ ਬਜਰੀ ਰੇਤਾ ਚੱਕ ਲੈਂਦੇ ਹਾਂ ਜਾਂ ਲੇਬਰ ਤੋਂ ਕੰਮ ਕਰਾ ਲੈਂਦੇ ਹਾਂ ਵੀ ਜਿਹੜਾ ਉਧਾਰ ਆ ਉਹ ਵੀ ਇਹਨਾਂ ਨੇ ਇੱਕ ਬੈਂਕਾਂ ਨੂੰ ਵੀ ਚਿੱਠੀਆਂ ਕੱਢਤੀਆਂ ਵੀ ਕਿਸੇ ਨੇ ਕੋਈ ਵੀ ਪੇਮੈਂਟ ਨਹੀਂ ਕਰਨੀ। ਦੇਖੋ ਇਹ ਲੋਕਤੰਤਰ ਨੂੰ ਮਾਰਨ ਵਾਸਤੇ ਭਗਵੰਤ ਮਾਨ ਨੇ ਜਾਂ ਉਹਨਾਂ ਦੀ ਟੀਮ ਨੇ ਇਹ ਕੁਛ ਕੀਤਾ। ਮੈਂ ਗੱਲ ਕਰਾਂ ਕਿਤੇ ਵੱਡੀਆਂ ਗੱਲਾਂ ਕਰਦੇ ਸੀ ਵੀ ਸਰਕਾਰ ਤੁਹਾਡੇ ਦਰਬਾਰ ਆਊਗੀ, ਸਰਕਾਰ ਤੁਹਾਡੇ ਸੱਥ 'ਚ ਆਊਗੀ, ਸਰਕਾਰ ਤੁਹਾਡੇ ਘਰ ਆਊਗੀ, ਅਤੇ ਇੱਕ ਜਿਹੜੀ ਲੋਕਤੰਤਰ ਦਾ ਜਿਹੜਾ ਪਿੰਡਾਂ ਦੀ ਪੰਚਾਇਤਾਂ ਨੂੰ ਭੰਗ ਕਰਕੇ ਇਹਨਾਂ ਨੇ ਸਾਬਤ ਕਰਤਾ ਵੀ ਲੋਕਤੰਤਰ ਦੇ ਉਲਟ ਆ। ਕਿਉਂਕਿ ਦੇਖੋ ਜੇ ਸਾਡੇ ਬਲਾਕ 'ਚ ਹੁਣ ਤੁਸੀਂ ਗੱਲ ਕਹੀ ਹੈ ਵੀ ਇਹਨਾਂ ਨੇ ਕਿਹਾ ਕਿ ਸਰਕਾਰ ਤੁਹਾਡੇ ਘਰ ਆਊਗੀ, ਤੁਹਾਡੇ ਦਰਬਾਰ 'ਚ ਆਊਗੀ, ਜਿਵੇਂ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਮੁੱਖ ਮੰਤਰੀ ਪੰਜਾਬ ਦਾ ਬਿਆਨ ਵੀ ਸੁਣਿਆ ਸੀਗਾ ਕਿ ਇਸ ਵਾਰ ਜਿਹੜੇ ਸਾਡੇ MLA ਆ ਉਹ ਚੰਡੀਗੜ੍ਹ ਨਹੀਂ ਰਹਿਣਗੇ, ਚੰਡੀਗੜ੍ਹ ਤਾਂ ਸਿਰਫ ਜਦੋਂ ਮੀਟਿੰਗ ਹੈ ਵਗੈਰਾ ਉਦੋਂ ਆਉਣਗੇ ਅਤੇ ਨਾ ਆਪਦੇ ਹਲਕਿਆਂ ਦੇ ਵਿੱਚ ਨਹੀਂ ਹਾਲਾਂਕਿ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰਨਗੇ, ਅਤੇ ਫਿਰ ਹੁਣ ਉਹ ਲੋਕ ਕੀ ਸੋਚਣਗੇ। ਮੈਂ ਉਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹ ਸਰਕਾਰ ਦਰਬਾਰ ਦੀ ਤੁਹਾਡੇ ਦਰਬਾਰ ਆਊਗੀ, ਇਹਨੇ ਜਮ੍ਹਾਂ ਉਹਦੇ ਆਪੋਜ਼ਿਟ ਕੰਮ ਕੀਤਾ। ਦੇਖੋ ਸਾਡੇ ਫਰੀਦਕੋਟ ਜ਼ਿਲ੍ਹੇ 'ਚ 243 ਪੰਚਾਇਤਾਂ, 243 ਪੰਚਾਇਤਾਂ ਭੰਗ ਕਰਨ ਦਾ ਇਹਨਾਂ ਦਾ ਇੱਕ ਹੀ ਮਕਸਦ ਆ ਵੀ ਅਸੀਂ ਆਪਦੇ ਬੰਦਿਆਂ ਨੂੰ ਕਿਸੇ ਢੰਗ ਨਾਲ ਅੱਗੇ ਲੈ ਕੇ ਆਈਏ ਜਿਹੜੀਆਂ ਪੰਚਾਇਤਾਂ ਕੰਮ ਕਰ ਰਹੀਆਂ। ਲੋਕ ਇਹ ਸੋਚਦੇ ਵੀ ਪੰਚਾਇਤਾਂ ਕੋਲ ਜਾਓ ਕੰਮ ਕਰਨਗੇ, ਪਰ ਇਹਨਾਂ ਦਾ ਮਫਾਦ ਜਿਹੜਾ ਇਹਨਾਂ ਦੀ ਜਿਹੜੀ ਸੋਚ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਕਿਉਂਕਿ ਜੇ 243 ਪੰਚਾਇਤਾਂ ਅਤੇ ਜ਼ਿਲ੍ਹੇ 'ਚ 3 ਬਲਾਕ ਆ ਅਤੇ ਇੱਥੇ ਪ੍ਰਬੰਧਕ ਦਾ ਵੱਧ ਤੋਂ ਵੱਧ 15-20 ਲੱਗਣਗੇ, ਅਤੇ ਜਿਹੜੀ ਸਰਕਾਰ ਸਾਡੇ ਦਰਬਾਰ ਆਉਣੀ ਸੀ ਅਤੇ ਉਹ ਹੁਣ ਜਿਹੜੇ ਪਿੰਡਾਂ ਦੇ ਆਮ ਬੰਦੇ 6 ਮਹੀਨੇ ਜਾਂ 7 ਮਹੀਨੇ ਅਤੇ ਉਹ ਲੋਕ ਦਫ਼ਤਰਾਂ 'ਚ ਧੱਕੇ ਖਾਣਗੇ, ਨਹੀਂ ਤਾਂ ਪਿੰਡ ਸਰਪੰਚ ਕੋਲ ਜਾਂਦੇ ਸੀ, ਪੰਚਾਇਤ ਮੈਂਬਰ ਕੋਲ ਜਾਂਦੇ ਸੀ, ਸਾਈਨ ਕਰਾ ਲੈਂਦੇ ਸੀ, ਅਤੇ ਹੁਣ ਜਿਹੜੇ ਮੰਨ ਲਓ ਪਹਿਲਾਂ ਪ੍ਰਬੰਧਕ ਨੂੰ ਲੱਭਣਗੇ, ਇੱਕ ਪ੍ਰਬੰਧਕ ਕੋਲ ਘੱਟੋ ਘੱਟ 25 ਪਿੰਡ ਹੋਣੇ ਆ, ਅਤੇ 20-25 ਪਿੰਡਾਂ ਵਾਲੇ ਪ੍ਰਬੰਧਕ ਨੂੰ ਦਫ਼ਤਰਾਂ 'ਚ ਲੱਭ ਲੈਣਗੇ, ਆਪਦੇ ਕੰਮ ਕਰਾਉਣ ਦਫ਼ਤਰਾਂ 'ਚ ਧੱਕੇ ਖਾਣਗੇ। ਇਹ ਪਹਿਲਾਂ ਤਾਂ ਜਿਹੜੀਆਂ ਸਰਕਾਰਾਂ ਟਾਈਮ ਦੇ ਦਿੰਦੀਆਂ ਸੀ ਵੀ ਮੰਨ ਲਓ ਮੈਂ ਗੱਲ ਕਰਾਂ ਵੀ 3 ਜੁਲਾਈ 2013 ਨੂੰ ਪਹਿਲਾਂ ਇਲੈਕਸ਼ਨ ਹੋਇਆ ਸੀ ਅਤੇ ਪਿਛਲੀ ਸਰਕਾਰ ਨੇ ਕਾਂਗਰਸ ਸਰਕਾਰ ਨੇ 6 ਮਹੀਨੇ ਟਾਈਮ ਦਿੱਤਾ ਸੀ, 3 ਜੁਲਾਈ ਨੂੰ ਟਰਮ ਪੂਰੀ ਸੀ ਅਤੇ 30 ਦਸੰਬਰ 2018 ਨੂੰ ਇਲੈਕਸ਼ਨ ਹੋਏ ਸੀ 6 ਮਹੀਨੇ ਬਾਅਦ। ਉਹ ਇਹ ਕਿਹਾ ਗਿਆ ਸੀ ਵੀ ਜਿਹੜੇ ਕੰਮ ਚੱਲੀ ਜਾਂਦੇ ਪੰਚਾਇਤਾਂ ਕਰ ਲੈਣ, ਜਿਹੜੇ ਦੇਣਦਾਰੀਆਂ ਕੋਈ ਆਪਣੇ ਦੁਕਾਨਦਾਰਾਂ ਦੀਆਂ ਉਹ ਦੇ ਲੈਣ, ਅਤੇ ਇਹ ਸਰਕਾਰ ਕਿਤੇ ਤਾਂ ਦਰਬਾਰ ਆਉਣ ਦੀ ਗੱਲ ਕਰਦੀ ਸੀ ਅਤੇ ਲੋਕਾਂ ਦੀ ਖੱਜਲ ਖੁਆਰੀ ਕਰਨ ਵਾਸਤੇ ਇਹਨਾਂ ਨੇ ਇਹ ਫੈਸਲਾ ਲਿਆ। ਉਹਦਾ ਇੱਕ ਮਕਸਦ ਇਹ ਹੀ ਆ ਵੀ ਜਿਹੜੇ ਲੋਕ ਆ ਪਿੰਡਾਂ ਦੇ ਜਿਨ੍ਹਾਂ ਨੂੰ ਦਫ਼ਤਰਾਂ ਦਾ ਪਤਾ ਨਹੀਂ, ਇਹ ਸਾਡੇ ਬੰਦਿਆਂ ਕੋਲ ਜਾਣ, ਅਸੀਂ ਪ੍ਰਬੰਧਕ ਤੱਕ ਨਾਂ ਦੇ ਲਾਉਣੇ ਆ ਅਤੇ ਉਹਨਾਂ ਪ੍ਰਬੰਧਕ ਦਾ ਨਾਂ ਦੇ ਲਾ ਕੇ ਆਪਦੇ ਬੰਦਿਆਂ ਥਰੂ ਕਹੀਏ ਵੀ ਆਹ ਬੰਦੇ ਸਾਡੇ ਆ, ਇਹਨਾਂ ਥਰੂ ਕੰਮ ਕਰੋ। ਵਿੱਤ ਕਮਿਸ਼ਨ ਦੀਆਂ ਕਿਸ਼ਤਾਂ ਆਈਆਂ, ਵਿੱਤ ਕਮਿਸ਼ਨ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਸੈਂਟਰ ਸਰਕਾਰ ਦਾ ਪੈਸਾ ਹੁੰਦਾ, ਹਰੇਕ ਪਿੰਡ 'ਚ ਉਹ ਆਬਾਦੀ ਦੇ ਹਿਸਾਬ ਨਾਲ ਵਿੱਤ ਕਮਿਸ਼ਨ ਆਉਂਦਾ। ਮੈਂ ਇਹ ਗੱਲ ਮਾਨ ਸਾਹਿਬ ਤੋਂ ਪੁੱਛਣਾ ਚਾਹੁੰਦਾ, ਤੁਹਾਡੀ ਸਰਕਾਰ ਨੇ RDF ਦੇ ਤੌਰ 'ਤੇ ਜਾਂ ਕੋਈ ਪੰਜਾਬ ਸਰਕਾਰ ਦਾ ਇੱਕ ਵੀ ਪੈਸਾ ਇਹ 18 ਮਹੀਨਿਆਂ 'ਚ ਦਿੱਤਾ ਹੋਵੇ ਤਾਂ ਅਸੀਂ ਦੇਣਦਾਰ। ਜਿਹੜੇ ਵਿੱਤ ਕਮਿਸ਼ਨ ਦੇ ਸੈਂਟਰ ਸਰਕਾਰ ਦੇ ਪੈਸੇ ਪੰਚਾਇਤਾਂ ਕੋਲ ਆਪੇ ਉਹ ਖਾਤੇ 'ਚ ਆਉਣੇ ਹੁੰਦੇ ਆ, ਉਹ ਕੋਈ ਸਰਕਾਰ ਨਹੀਂ ਰੋਕ ਸਕਦੀ, ਉਹਨਾਂ 'ਤੇ ਇਹਨਾਂ ਨੇ ਕਬਜ਼ਾ ਕਰਨ ਵਾਸਤੇ ਪੰਚਾਇਤਾਂ ਭੰਗ ਕੀਤੀਆਂ। ਸੈਂਟਰ ਸਰਕਾਰ ਦਾ ਜਿਹੜਾ ਹਰੇਕ ਸਰਪੰਚ ਦੇ ਖਾਤੇ 'ਚ ਪੈਸਾ, ਇਹ ਗੱਲ ਮੈਂ ਕਹਿਣਾ ਚਾਹੁੰਦਾ ਆਪਣੇ ਬਲਾਕ ਦੀ, ਆਪਣੇ ਬਲਾਕ 'ਚ ਘੱਟੋ ਘੱਟ 1.5 ਮਹੀਨੇ 'ਚ ਵੀਡੀਓ ਹੀ ਹੈ ਨਹੀਂ, ਜਿਹੜਾ ਵੀਡੀਓ ਆਉਂਦਾ ਜੇ ਕਿਸੇ ਨੂੰ ਮੰਨ ਲਓ ਚਾਰਜ ਦਿੰਦੇ ਉਹ ਜੁਆਇਨ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਿਉਂਕਿ ਉੱਤੇ ਪ੍ਰੈਸ਼ਰ ਬਿਲਡ ਕਰਦੇ, ਕੰਮ ਕਰਨ ਗਲਤ ਕੰਮ ਕਰਾਉਣ ਵਾਸਤੇ ਪ੍ਰੈਸ਼ਰ ਬਿਲਡ ਕਰਦੇ। ਕੋਈ ਵੀਡੀਓ ਨਹੀਂ ਸੀ, ਮੰਨ ਲਓ ਇਹ ਡੌਂਗਲ ਨਾਲ, ਹੁਣ ਜਿਹੜੀ ਵਿੱਤ ਕਮਿਸ਼ਨ ਦੇ ਪੈਸੇ ਡੌਂਗਲ ਨਾਲ ਪੇਮੈਂਟ ਹੁੰਦੀ ਹੈ, ਜਿਹੜੀ ਡੌਂਗਲ 3 ਸਾਲ ਬਾਅਦ ਐਕਸਪਾਇਰ ਹੋ ਜਾਂਦੀ ਹੈ, ਕੋਈ 2 ਸਾਲ ਬਾਅਦ ਐਕਸਪਾਇਰ ਹੋ ਜਾਂਦੀ ਹੈ, ਉਹ ਜਦੋਂ ਡੌਂਗਲ ਦੁਬਾਰਾ ਨਵੀਂ ਬਣਨੀ ਆ। ਇਹ ਜਿਹੜਾ ਤੁਸੀਂ ਦੱਸਿਆ ਹੁਣ ਨਵਾਂ ਆਨਲਾਈਨ ਇਹ ਜਿਹੜਾ ਦੁਬਾਰਾ ਪ੍ਰੋਸੈਸ ਜਾਰੀ ਕੀਤਾ, ਤੁਹਾਡੀ ਸਰਕਾਰ ਸੀ 2017 ਤੋਂ 2022 ਤੱਕ ਰਹੀ ਹੈ, ਉਦੋਂ ਵੀ ਸੀਗਾ ਕਿ ਨਹੀਂ? ਹੁਣ ਉਦੋਂ ਬਾਅਦ 22 ਤੋਂ ਬਾਅਦ ਲਾਗੂ ਕੀਤਾ? ਆਨਲਾਈਨ ਤਾਂ ਪਹਿਲਾਂ ਹੀ ਲਾਗੂ ਸੀਗਾ ਜੀ, ਪਰ ਆਨਲਾਈਨ ਜਦੋਂ ਦੁਬਾਰਾ ਜਿਹੜੀ ਡੌਂਗਲ ਰੀਨਿਊ ਹੋਣੀ ਹੁੰਦੀ ਆ ਉਹਦੇ ਨਾਲ ਵੀਡੀਓ ਦੀ ਡੌਂਗਲ ਲੱਗਦੀ, ਵੀਡੀਓ ਦੀ ਡੌਂਗਲ ਲਾ ਕੇ ਨਾਲ ਸਰਪੰਚ ਦੀ ਲਾ ਕੇ ਫਿਰ ਰੀਨਿਊ ਹੁੰਦੀ ਆ, ਅਤੇ ਇਹਨਾਂ ਨੇ ਵੀਡੀਓ ਹੈ ਹੀ ਨਹੀਂ ਸੀ। ਜਿਹੜੇ ਲੋਕ ਸਰਪੰਚ ਕੰਮ ਕਰਾਈ ਜਾਂਦੇ ਸੀ ਅਤੇ ਉਹ ਸਰਪੰਚਾਂ ਦੀ ਪੇਮੈਂਟ ਤਾਂ ਡੌਂਗਲ ਨਾਲ ਹੋਣੀ ਹੈ ਵੀ ਉਹ 'ਚ ਪਾਰਦਰਸ਼ੀ ਹੋਵੇ, ਅਤੇ ਡੌਂਗਲ ਤਾਂ ਰੀਨਿਊ ਹੋਊਗੀ ਜੇ ਵੀਡੀਓ ਆਊਗਾ। ਅਤੇ ਜੀ ਤੁਹਾਡੇ ਕੋਲ ਫਿਰ ਆਉਣੇ ਆ, ਕੀ ਨਾਂ ਜੀ ਤੁਹਾਡਾ?
ਮੇਰਾ ਨਾਮ ਜਸਕਰਨਪ੍ਰੀਤ ਸਿੰਘ ਜੀ। ਕਿਹੜੀ ਪਾਰਟੀ ਨਾਲ ਸੰਬੰਧ ਹੈ? ਕੋਠੇ ਮਲੂਕਾਪੱਤੀ ਤੋਂ, ਸ਼੍ਰੋਮਣੀ ਅਕਾਲੀ ਦਲ ਨਾਲ ਜੀ। ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਹੋ, ਕਿਵੇਂ ਹੈ ਜਿਹੜਾ ਸਰਕਾਰ ਨੇ ਹੁਣ ਫੈਸਲਾ ਲਿਆ ਜਿਹੜੀਆਂ ਪੰਚਾਇਤਾਂ ਜਿਹੜੀਆਂ ਭੰਗ ਕੀਤੀਆਂ, ਹਾਲਾਂਕਿ ਪ੍ਰਬੰਧਕ ਕੰਮ ਕਰਨਗੇ? ਇਹ ਬਹੁਤ ਹੀ ਗਲਤ ਫੈਸਲਾ ਜੀ। ਦੇਖੋ, ਪਹਿਲੀ ਵਾਰੀ ਹੋਇਆ 5.5 ਮਹੀਨਾ ਪਹਿਲਾਂ ਹੀ ਜੋ ਤੋੜ ਦਿੱਤੀਆਂ ਗਈਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ। ਜਿਵੇਂ ਕਿ ਮਾਨ ਸਰਕਾਰ ਜਦੋਂ MP ਹੁੰਦੇ ਸੀ ਉਹ ਕਿਹਾ ਕਰਦੇ ਸੀਗੇ ਵੀ 25,000 ਰੁਪਈਆ ਹਰ ਇੱਕ ਸਰਪੰਚ ਨੂੰ ਦਿੱਤਾ ਜਾਊਗਾ। ਸਰਪੰਚ ਦੇ ਆਪਦੇ ਖਰਚੇ ਬਹੁਤ ਹੁੰਦੇ ਆ, ਲੈਣ ਦੇਣ ਦੀਆਂ ਸਾਡੀਆਂ ਬਹੁਤ ਖੜੀਆਂ, ਜੇ ਦੇਣ ਵਾਲੇ ਪੈਸੇ ਆ ਲੋਕਾਂ ਨੂੰ, ਜੋ ਸੀਮੈਂਟ ਬਜਰੀ ਰੇਤਾ ਜੋ ਵੀ ਅਸੀਂ ਉਧਾਰ ਚੱਕਦੇ ਰਹੇ ਹਾਂਗੇ ਉਹ ਦੇਣਦਾਰੀਆਂ ਖੜੀਆਂ, ਅਤੇ ਉਹਨਾਂ ਨੂੰ ਦੇਣਾ ਹਜੇ ਬਕਾਇਆ, ਅਤੇ ਹਾਈ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ। ਮੈਨੂੰ ਲੱਗਦਾ ਹੋ ਸਕਦਾ ਇਹ ਬਹਾਲ ਹੋ ਜਾਣ ਪੰਚਾਇਤਾਂ। ਕਿਵੇਂ ਹੁਣ ਤੁਹਾਡੀ ਸਰਕਾਰ ਦੱਸ ਆ ਰਹੀ ਹੈ, ਉਦੋਂ ਪਹਿਲਾਂ ਵੀ ਤੁਹਾਡੀ ਸਰਕਾਰ ਰਹੀ ਹੈ, ਤੁਹਾਡੀ ਪਾਰਟੀ ਦੀ ਸਰਕਾਰ ਨੇ ਵੀ ਕਿਤੇ ਇਹ ਫੈਸਲਾ ਲਿਆ ਜਾਂ ਤੁਹਾਨੂੰ ਲੋੜ ਹੀ ਨਹੀਂ ਪਈ ਕਿਉਂਕਿ ਜੋ ਤੁਹਾਡੇ ਸਰਪੰਚ ਹੀ ਆਪਦੇ ਹੁੰਦੇ ਸੀਗੇ? ਨਹੀਂ, ਇਹੋ ਜਿਹੀ ਕਦੇ ਲੋੜ ਹੀ ਨਹੀਂ ਪਈ। ਵਧੀਆ ਕੰਮ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਵੀ, ਕਾਂਗਰਸ ਨੇ ਵੀ ਵਧੀਆ ਕੰਮ ਕੀਤਾ ਜੀ। ਇਹ ਤਾਂ ਪਹਿਲਾ ਫੈਸਲਾ ਦੇਖਿਆ ਮੈਂ ਆਪਦੀ ਉਮਰ 'ਚ, ਮੇਰੀ 30-35 ਸਾਲ ਦੀ ਉਮਰ ਹੋ ਚੁੱਕੀ ਆ, ਅਤੇ ਬਹੁਤ ਹੀ ਮੰਦਭਾਗੀ ਗੱਲ ਆ ਇਹ। ਇਹ ਤਾਂ ਲੋਕ ਹੁਣ ਆਉਂਦੇ ਆ ਤੁਹਾਡੇ ਕੋਲ ਉਦੋਂ ਬਾਅਦ? ਹਾਂਜੀ ਆਉਂਦੇ ਆ ਲੋਕ, ਤਾਂ ਲੋਕਾਂ ਨੇ ਤਾਂ ਕੰਮ ਸਰਪੰਚ ਤੋਂ ਹੀ। ਫਿਰ ਹੁਣ ਮੋਹਰ ਲਵਾਉਣੀ ਹੋ ਤਾਂ ਮੋਹਰ ਲਾ ਸਕਦੇ ਆ ਤੁਸੀਂ ਕਿ ਨਹੀਂ ਲਾ ਸਕਦੇ? ਮੋਹਰ ਲਾ ਦੇਈਦੀ ਆ ਜੀ, ਬਾਕੀ ਪ੍ਰਬੰਧਕ ਲੱਗੇ ਹੋਏ ਆ, ਪ੍ਰਬੰਧਕਾਂ ਨੂੰ ਦਿੱਤਾ ਆ ਕੰਮ ਜੋ ਵੀ ਆ, ਸਾਰਾ ਪ੍ਰਬੰਧਕ ਦੇਖ ਰਹੇ ਆ ਪਿੰਡ ਦਾ, ਸਰਕਾਰੀ ਦਫ਼ਤਰਾਂ 'ਚ ਧੱਕੇ ਖਾ ਰਹੇ ਆ ਲੋਕ। ਤੁਹਾਡਾ ਕੀ ਨਾਮ ਜੀ? ਕੁਲਵਿੰਦਰ ਸਿੰਘ ਸਰਪੰਚ। ਕਿਹੜੀ ਪਾਰਟੀ ਨਾਲ? ਕਾਂਗਰਸ। ਤੁਸੀਂ ਕੀ ਕਹਿਣਾ ਚਾਹੋਗੇ? ਇਹ ਟੋਟਲੀ ਮਾਨ ਸਾਹਿਬ ਦਾ ਗਲਤ ਫੈਸਲਾ, ਲੋਕਤੰਤਰ ਦਾ ਘਾਣ ਹੈ। ਪੰਚਾਇਤਾਂ ਦਾ ਸਮੇਂ ਤੋਂ ਪਹਿਲਾਂ ਭੰਗ ਕਰਨਗੀਆਂ, ਇਹ ਟੋਟਲ ਲੋਕਤੰਤਰ ਦਾ ਘਾਣ ਆ, ਅਤੇ ਅਸੀਂ ਸਾਰੇ ਸਰਪੰਚਾਂ ਦੀ ਵਿਰੋਧਤਾ ਕਰਦੇ ਹਾਂ। ਲੋਕ ਕੀ ਸੋਚਦੇ, ਪਿੰਡ ਵਾਲੇ ਕੀ ਸੋਚਦੇ? ਪਿੰਡ ਵਾਲੇ ਵੱਖੋ ਵੱਖਰੇ, ਜਿਹੜੇ ਖੱਜਲ ਖੁਆਰ ਹੋ ਰਹੇ ਉਹ ਤਾਂ ਗਾਲਾਂ ਹੀ ਕੱਢਦੇ ਆ ਜੀ। ਇਹ ਗਰਾਊਂਡ ਲੈਵਲ 'ਤੇ ਆ ਕੇ ਲੋਕਾਂ 'ਚ ਵਿਚਰਨ ਦਾ ਪਤਾ ਲੱਗੇ ਵੀ ਕੀ ਹੋ ਰਿਹਾ, ਇਹ ਤਾਂ ਇੱਥੇ ਬੈਠੇ ਚਿੱਠੀਆਂ ਬਣਾ ਦਿੰਦੇ ਆ। ਇਹ ਤਾਂ ਹੁਣ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਮਾਨ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜਾ ਹੁਣ ਕਹਿ ਦਿੰਦੇ ਵੀ ਅਸੀਂ ਬੰਦ 'ਚ ਚਿੱਠੀਆਂ ਰਾਹੀਂ ਜਾਂ ਸਰਪੰਚਾਂ ਉਹਦੇ ਨੋਮੀਨੇਟ ਹੀ ਕਰਨੇ ਆ, ਵੀ ਉਹਨਾਂ ਨੂੰ ਵੀ ਅਸੀਂ ਵੀ ਸਾਰੇ ਇਲੈਕਸ਼ਨ ਨਾਲ ਬਣੇ ਆ, ਵੀ ਉਹ ਵੀ ਥੋੜ੍ਹਾ ਇਲੈਕਸ਼ਨ ਨਾਲ ਵੋਟਾਂ ਲੋਕਾਂ ਦੇ ਮਤਦਾਨ ਨਾਲ ਬਣਨ, ਅਤੇ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ 1.5-2 ਸਾਲ ਵਿੱਚ ਕੀ ਕੀਤਾ ਅਤੇ ਵਿਕਾਸ ਦੇ ਆਧਾਰ 'ਤੇ ਆਪਦੇ ਸਰਪੰਚ ਬਣਨ। ਵਾਫੇ ਤਾਂ ਤੁਹਾਡੇ ਵੀ ਨਿਕਲਦੇ ਸਰਕਾਰ 'ਚ ਕਿ ਨਹੀਂ, ਤੁਹਾਡੀ ਪਾਰਟੀ ਸਰਕਾਰ ਹੁੰਦੀ? ਨਹੀਂ, ਅਸੀਂ ਸਾਰੇ ਵੋਟਾਂ ਨਾਲ ਬਣੇ ਜੀ। ਇਹ ਤਾਂ ਇਹਨਾਂ ਨੂੰ ਵੀ ਇਹੀ ਕਹਿੰਦੇ ਵੀ ਤੁਸੀਂ ਆਪਦਾ ਲਿਫਾਫਾ ਨਾ ਖੋਲ੍ਹੋ, ਤੁਸੀਂ ਲੋਕਾਂ ਰਾਹੀਂ ਬੰਦੇ ਆਪਦੇ ਚੁਣੋ, ਨਾਲੇ ਇਹਦੇ ਨਾਲ ਲੋਕਾਂ ਰਾਹੀਂ ਚੁਣਿਆ ਬੰਦਾ ਨਾਲੇ ਤਾਂ ਪੜ੍ਹਿਆ ਲਿਖਿਆ ਹੋਊਗਾ ਅਤੇ ਨਾਲੇ ਉਹ ਸਿਆਣਾ ਹੋਊਗਾ, ਆਪਦਾ ਕੰਮ ਉਹ ਸਹੀ ਢੰਗ ਨਾਲ ਕਰੂਗਾ। ਮੰਨਦੇ ਹੋ ਤੁਸੀਂ ਵੀ 1.5 ਸਾਲ ਦੇ ਵਿੱਚ ਇੰਨੇ ਕੁ ਲੋਕ ਜਾਗਰੂਕ ਹੋ ਕੇ ਫਰਕ ਪੈ ਗਿਆ? ਇਹ ਤਾਂ ਇਲੈਕਸ਼ਨ ਜਦੋਂ ਲੜਨਗੇ ਤਾਂ ਉਦੋਂ ਪਤਾ ਲੱਗ ਜਾਣਾ ਜੀ, ਜਿਹੜੇ ਲੋਕਾਂ ਨੇ, ਇਹਨਾਂ ਨੇ ਪਿੰਡਾਂ 'ਚ ਲੋਕਾਂ ਨਾਲ ਵਾਅਦੇ ਕੀਤੇ ਸੀ, ਕਿੰਨਾ ਕੁ ਉਹਨਾਂ 'ਤੇ ਪਹੁੰਚੇ ਆ, ਜਾਂ ਉਹਨਾਂ ਦਾ ਕਿੰਨਾ ਕੁ ਇਹਨਾਂ ਨੇ ਆਪਦੇ 1.5 ਸਾਲ ਵਿੱਚ ਲੋਕਾਂ ਦੇ ਕੰਮ ਕਰਾਏ, ਉਹ ਤਾਂ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਪਤਾ ਲੱਗੂਗਾ, ਪਰ ਕਰਾਉਣ ਇਲੈਕਸ਼ਨ ਆਏ ਨੇ ਨੋਮੀਨੇਟ ਨਾ ਕਰਨ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਬਲਵੀਰ ਸਿੰਘ ਹੈ ਜੀ, ਸਰਪੰਚ ਹਾਂ ਫਰੀਦਕੋਟ ਦੇ ਅਤੀਤ ਤੋਂ ਜੀ। ਇਹ ਜਿਹੜਾ ਬਦਲਾਅ ਸੀ ਨਾ ਜੀ, ਲੋਕਾਂ ਹੀ ਭਗਵੰਤ ਮਾਨ ਨੂੰ, ਸਾਡਾ ਵੀ ਦਿਲ ਕਰਦਾ ਸੀ, ਅਸੀਂ ਵੀ ਕਹਿੰਦੇ ਸੀ ਯਾਰ ਭਗਵੰਤ ਮਾਨ ਬਹੁਤ ਬੰਦਾ ਵਧੀਆ, ਕਿਉਂਕਿ ਇਹਨੇ ਝੂਠ ਬਹੁਤ ਮਾਰੇ, ਇਹਨੇ ਇਹ ਗੱਲ ਕਹੀ ਸੀ ਵੀ ਸਰਪੰਚ ਵਿਚਾਰੇ ਸਾਰਾ ਦਿਨ ਕੰਮ ਕਰਦੇ ਆ, ਸਾਰਾ ਦਿਨ ਖੱਜਲ ਖੁਆਰ ਹੁੰਦੇ ਆ, ਪੈਟਰੋਲ ਖਰਚਾ ਹੁੰਦਾ, ਸਾਰਾ ਕੁਛ ਹੁੰਦਾ, ਵੀ ਸਰਪੰਚਾਂ ਨੂੰ ਮਾਣ ਪੱਤਾ ਜਿਹੜਾ ਬਹੁਤ ਘੱਟ ਦਿੰਦੇ ਆ, 1200 ਰੁਪਈਆ ਮਾਣ ਪੱਤਾ ਹੈ। ਅਤੇ ਮੈਂ ਕਹਿੰਦਾ ਵੀ ਜਦੋਂ ਸਰਕਾਰ ਮੇਰੀ ਬਣੀ ਨਾ, ਤਾਂ ਮੈਂ 25,000 ਰੁਪਈਆ ਸਰਪੰਚ ਨੂੰ ਅਤੇ 10,000 ਰੁਪਈਆ ਪੈਂਚ ਨੂੰ ਬੇਰੁਜ਼ਗਾਰੀ ਪੱਤਾ ਦੇਊਂਗਾ, ਯਾਨੀ ਕਿ ਪੱਤਾ ਦੇਊਂਗਾ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਸਾਨੂੰ ਪੂਰੇ 4.5 ਸਾਲ ਤੋਂ ਉੱਤੇ ਹੋ ਗਏ ਜੀ, ਇਹਨਾਂ ਨੇ ਸਾਨੂੰ 25,000 ਦਾ ਕੀ, ਇਹਨਾਂ ਨੇ ਸਾਨੂੰ 25 ਪੈਸੇ ਨਹੀਂ ਦਿੱਤੇ, ਯਾਨੀ ਕਿ ਸਾਰੇ ਜਿੰਨੀ ਟਰਮ ਲੰਘੀ ਸਰਪੰਚਾਂ ਦੀ, ਇਹਦੇ ਵਿੱਚ ਸਾਨੂੰ 1 ਰੁਪਈਆ ਨਹੀਂ ਦਿੱਤਾ ਬੇਰੁਜ਼ਗਾਰੀ ਪੱਤਾ, ਸਗੋਂ ਆ ਖੱਜਲ ਖੁਆਰੀ ਸਾਡੀ ਬਹੁਤ ਕਰਤੇ। ਆਹ ਹੁਣ ਜਿਹੜੀ 5.5 ਮਹੀਨੇ ਸਾਡੇ ਪਏ ਸੀ, ਇਹਨਾਂ ਨੇ ਸਾਡੀਆਂ ਪੰਚਾਇਤਾਂ ਤਾਂ ਭੰਗ ਕੀਤੀਆਂ ਵੀ ਸਾਡਾ ਜਿਹੜਾ ਲੋਕਾਂ ਦੇ ਵਿੱਚ ਗ੍ਰਾਫ ਬਹੁਤ ਡਾਊਨ ਹੈ, ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਉਣੀਆਂ, ਅਸੀਂ ਇਹ ਸਰਪੰਚ ਬਦਨਾਮ ਕਰਨ ਵਾਸਤੇ ਵੀ ਸਰਪੰਚ ਇਹਨਾਂ ਨੇ, ਇਹਨਾਂ ਦੇ ਖਾਤੇ ਸਰਪੰਚ ਦੇ ਇੰਨੇ ਖਾਤੇ ਪਏ ਸੀ ਪੈਸੇ, ਇੰਨੇ ਇਸ ਸਰਪੰਚ ਦੇ ਖਾਤੇ ਪਏ ਸੀ, ਇਹਨਾਂ ਨੇ ਪ੍ਰਬੰਧਕ ਲਾਉਣੇ ਆ, ਪ੍ਰਬੰਧਕ ਸਿਰਫ ਨਾਂ ਦੇ ਆ ਜੀ, ਆਪਣੇ ਵੱਧ ਤੋਂ ਵੱਧ ਫਰੀਦਕੋਟ ਕੰਸਟੀਚੁਐਂਸੀ ਵੱਧ ਤੋਂ ਵੱਧ 5 ਪ੍ਰਬੰਧਕ ਲੱਗਦੇ ਆ ਜੀ, 108-10 ਪੰਚਾਇਤਾਂ ਜੀ ਇਕੱਲੇ ਫਰੀਦਕੋਟ ਬੁਲਾਕ ਦੀਆਂ, ਉਹ ਜਿਹੜੇ 110 ਸਰਪੰਚ ਸੀ ਉਹ ਆਪਦੇ ਪਿੰਡਾਂ ਨੂੰ ਸਾਂਭਦੇ ਸੀ, ਹੁਣ ਇਹਨਾਂ ਨੇ ਕੀ ਕੀਤਾ ਜੀ, ਉਹ ਪ੍ਰਬੰਧਕ ਲਾਉਣਗੇ, ਉਹ ਪ੍ਰਬੰਧਕ ਸਿਰਫ ਆਪਦੇ ਬੈਠਿਆਂ ਫੋਨ 'ਤੇ ਕਹਿ ਦਿਆ ਕਰਨਗੇ, ਉਹ ਆਪਦੇ ਬੰਦੇ ਅੱਗੇ ਲਾ ਦੇਣਗੇ, ਉੱਥੇ ਜਾ ਕੇ ਜਿਹੜੇ ਇਹਨਾਂ ਦੇ ਆਪਦੇ ਬੰਦੇ ਕੰਮ ਕਰਨਗੇ ਉਹ ਲੋਕਾਂ 'ਚ ਸਾਨੂੰ ਬਦਨਾਮ ਕਰਨਗੇ। ਵੇਖੋ ਜੀ, ਪੈਸਾ ਤਾਂ ਪਿਆ ਸੀ ਸਰਕਾਰ, ਪ੍ਰਬੰਧਕ, ਤੁਹਾਡਾ ਕਹਿਣ ਦਾ ਮਤਲਬ ਇਹ ਪ੍ਰਬੰਧਕ ਹੈ ਸਿਰਫ ਕਾਗਜ਼ਾਂ 'ਚ ਹੋਣਗੇ? ਹਾਂਜੀ, ਕਾਗਜ਼ਾਂ 'ਚ ਹੋਣਗੇ, ਕਿਉਂਕਿ
पांच बंदे 108 10 पंचायतों सामभ लेंगे जी। असी सारा दिन खज्जल खुआरियां साडियां आउंदियां, कदे किथे जाने आ कदे किथे जाने आ, किन्ना काम करदे आ, ते पांच बंदे किवें सामभ लेंगे? पिंडां दे विकास कार्ज चली जांदे कि रुके वे? विकास चली नहीं, विकास असल विच सही मोछो दे जों दी इहनां दी सरकार आई है। आ जिवें साडे प्रधान जी ने हुण दस्सिया वी डेढ़ पौने दो महीने हो गए साडे इत्थे वीडियो है नहीं गा जी। ਸਾਡੀਆਂ ਜਿਹੜੇ ਡੌਂਗਲ ਹੈ ਉਹ ਸਵੇਰ ਹੋਈਆਂ ਪਈਆਂ ਅਤੇ ਉਹ ਕਿਉਂਕਿ ਵੀਡੀਓ ਸਾਹਿਬ ਹੋਣਗੇ ਫਿਰ ਹੀ ਸਾਡੀ ਡੌਂਗਲ ਹੋਊਗੀ। ਇਹਨਾਂ ਨੇ ਸਿਰਫ ਸਾਨੂੰ ਬਦਨਾਮ ਕਰਨ ਦੇ ਵਾਸਤੇ ਵੀ ਇਹਨਾਂ ਦੇ ਖਾਤਿਆਂ 'ਚ ਤਾਂ ਇੰਨੇ ਪੈਸੇ ਪਏ ਸੀ, ਇਹ ਤਾਂ ਸਰਪੰਚ ਜਾਣ ਕੇ ਕੰਮ ਨਹੀਂ ਕਰਦੇ ਸੀ, ਅਤੇ ਉਹ ਜਿਹੜੇ ਬੰਦੇ ਆਪਦੇ ਬੰਦੇ ਅੱਗੇ ਲਾ ਕੇ ਉਹ ਤਾਂ ਨਾ ਹੀ ਹੋਊਗਾ ਪ੍ਰਬੰਧਕਾਂ ਦਾ, ਅਤੇ ਆਪਦੇ ਬੰਦੇ ਲਾਉਣਗੇ ਵੀ ਉਹ ਬੰਦੇ ਕੋਲ ਜਾ ਵੜੋ ਅਤੇ ਬਦਨਾਮ ਸਾਨੂੰ ਕਰਨਗੇ। ਵੇਖ ਲਓ ਪੈਸਾ ਦਾ ਪਿਆ ਸੀ ਇਹਨਾਂ, ਇਹ ਜਾਣ ਕੇ ਨਹੀਂ ਕੰਮ ਕਰਦੇ ਸੀ, ਆਹ ਗੱਲ ਹੈ ਜੀ ਇਹਨਾਂ ਦੀ। ਯਾਨੀ ਕਿ ਜਿਹੜੇ ਆਮ ਲੋਕ ਹੈ ਪਿੰਡਾਂ ਦੇ ਲੋਕ ਆ ਜਾਂ ਜਿਵੇਂ ਹੁਣ ਤੁਸੀਂ ਦਿਹਾਤੀ ਦੇ ਹੈ, ਤੁਹਾਡੇ ਕੋਲ ਲੋਕ ਆ ਕੇ ਇਹ ਨਹੀਂ ਕਹਿੰਦੇ ਆਪਾਂ ਤੁਹਾਡੇ ਕਾਂਗਰਸ ਪਾਰਟੀ ਦੇ ਸਾਰੀਆਂ ਪਾਰਟੀਆਂ ਦੇ ਆ ਕੇ ਤੁਹਾਡੇ ਕੋਲ ਇਹ ਗੱਲ ਕਿਤੇ ਨਾ ਕਿਤੇ ਚਿੰਤਤ ਹੁੰਦੇ ਹੈ ਵੀ ਯਾਰ ਹੁਣ ਅਸੀਂ ਕਿਹਦੇ ਕੋਲ ਜਾਇਆ ਕਰਾਂਗੇ? ਲੋਕ ਤਾਂ ਬਹੁਤ ਬਹੁਤ ਜ਼ਿਆਦਾ ਪਰੇਸ਼ਾਨ ਨੇ ਜੀ। ਆਹ ਹੁਣ ਪ੍ਰਬੰਧਕ ਲੱਗ ਗਏ ਅਤੇ ਇਹ ਤਾਂ ਇਦੋਂ ਹੀ ਲੋਕ ਪਰੇਸ਼ਾਨ ਹੋਣਗੇ, ਕਿਉਂਕਿ ਇਹਨਾਂ ਨੇ ਕੰਮ ਤਾਂ ਆਉਂਦਾ ਨਹੀਂ ਇਹਨਾਂ ਨੂੰ, ਇਹ ਤਾਂ ਸਿਰਫ ਬਦਲਾਅ ਆਇਆ ਸੀ ਜੀ। ਜਿਵੇਂ ਨਾ ਕੋਈ ਨਵੀਂ ਆਪਾਂ ਬਹੂ ਆਉਂਦੀ ਹੈ ਅਤੇ ਆਪਾਂ ਕਹਿੰਦੇ ਨੇ ਵੀ ਭਾਈ ਆਪਾਂ ਦੂਜਾ ਕੀ ਕਹਿੰਦੇ ਨੇ ਇਹ ਕੋਈ ਮਿੱਠੀਆਂ ਰੋਟੀਆਂ ਪਕਾਉਂਦੇ ਆ, ਬੜੀਆਂ ਵਧੀਆ ਪਕਾਊਗੀ, ਪਤਾ ਤਾਂ ਉਦੋਂ ਲੱਗਦਾ ਨਾ ਜਦੋਂ ਰੰਗ ਕੱਢਦੀ ਹੈ। ਹੁਣ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਬਹੁਤ ਮਾੜੇ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕਾਂਗਰਸੀ ਹਾਂ, ਅਸੀਂ ਨਾ ਅਕਾਲੀ ਹਾਂ ਨਾ ਕਾਂਗਰਸੀ ਹਾਂ ਨਾ ਆਪਦੇ ਹਾਂ, ਅਸੀਂ ਜਿਹੜਾ ਪਿੰਡ ਦਾ ਸਰਪੰਚ ਹੁੰਦਾ ਉਹ ਸਾਂਝਾ ਸਰਪੰਚ ਹੁੰਦਾ, ਸਾਰਿਆਂ ਦਾ ਸਰਪੰਚ ਹੁੰਦਾ। ਇਹਨਾਂ ਨੇ ਸਿਰਫ ਇਹਨਾਂ ਨੇ ਆਖਿਆ ਵੀ ਹੋਰ ਤਾਂ ਹੁਣ ਸਾਨੂੰ ਕੋਈ ਹੁੰਦਾ ਨਹੀਂ, ਨਾ ਅਸੀਂ ਕੋਈ ਕੰਮ ਕੀਤਾ, ਕਿਉਂਕਿ ਇਹਨਾਂ ਨੇ ਪੰਜਾਬ ਸਰਕਾਰ ਨੇ 18 ਮਹੀਨਿਆਂ ਦੇ ਵਿੱਚ ਸਾਨੂੰ 1 ਰੁਪਈਆ ਗ੍ਰਾਂਟ ਨਹੀਂ ਦਿੱਤੀ। ਪ੍ਰਧਾਨ ਜੀ ਨੇ ਪਹਿਲਾਂ ਦੱਸਤਾ ਵੀ ਜਿਹੜੀ ਗ੍ਰਾਂਟ ਸਾਨੂੰ ਆਈ ਹੈ ਵਿੱਤ ਕਮਿਸ਼ਨ ਦੀ ਆਈ ਹੈ, ਉਹ ਸੈਂਟਰ ਸਰਕਾਰ ਦੀ ਹੁੰਦੀ ਹੈ, ਇਹ ਤਾਂ ਉਹਦੇ 'ਤੇ ਵੀ ਆਪਦਾ ਕਬਜ਼ਾ ਕਰਨਾ ਚਾਹੁੰਦੇ ਆ। ਪ੍ਰਧਾਨ ਜੀ ਕੋਰਟ ਦਾ ਵੀ ਰੁੱਖ ਕਰਨਾ ਪਿਆ ਮੈਨੂੰ ਲੱਗਦਾ ਤੁਹਾਨੂੰ? ਹਾਂਜੀ, ਅਸੀਂ ਯੂਨੀਅਨ ਵੱਲੋਂ ਪੰਚਾਇਤ ਯੂਨੀਅਨ ਵੱਲੋਂ ਮਾਨਯੋਗ ਹਾਈ ਕੋਰਟ 'ਚ ਗਏ ਹਾਂ। ਉਹਦੇ 'ਚ 17 ਤਰੀਕ ਸੀ, 17 'ਚੋਂ 10 ਦਿਨ ਦਾ ਕੋਰਟ ਨੇ ਪੰਜਾਬ ਸਰਕਾਰ ਨੂੰ 28 ਤਰੀਕ ਪਾ ਕੇ ਕਿਹਾ 10 ਦਿਨ ਤੱਕ ਜਵਾਬ ਦਿਓ, ਤੁਹਾਡੇ ਇਸ ਫੈਸਲੇ 'ਤੇ ਅਸੀਂ ਸਟੇਅ ਕਿਉਂ ਨਾ ਲਾਈਏ। ਉਹਦਾ ਸਿੱਧਾ ਸਿੱਧਾ ਜਾਂਦਾ ਵੀ ਸਰਕਾਰ ਨੂੰ ਉਹਨਾਂ ਨੇ ਕਹਿਤਾ ਵੀ 5.5 ਮਹੀਨੇ ਪਹਿਲਾਂ ਤੁਸੀਂ ਪੰਚਾਇਤਾਂ ਭੰਗ ਨਹੀਂ ਕਰ ਸਕਦੇ। ਜਿਹੜਾ ਜਦੋਂ ਮੰਨ ਲਓ ਜੇ ਮਾਨਯੋਗ ਹਾਈ ਕੋਰਟ ਨੇ ਇਹ ਗੱਲ ਕਿਹਾ ਵੀ ਸਾਨੂੰ ਦੱਸੋ ਵੀ ਤੋਂ ਇਸ ਜਿਹੜੇ ਤੁਹਾਡੇ ਫੈਸਲੇ 'ਤੇ ਸਟੇਅ ਕਿਉਂ ਨਾ ਕਰੀਏ, ਉਹਦਾ ਕੀ ਜਾਂਦਾ? ਸਾਨੂੰ ਤਾਂ ਇਹ ਲੱਗਦਾ ਵੀ ਇਹਦਾ ਸਿੱਧਾ ਸਿੱਧਾ ਸਰਕਾਰ 'ਤੇ ਪ੍ਰੈਸ਼ਰ ਹੋਊਗਾ ਵੀ ਭਾਈ ਇਹ ਜਿਹੜੀਆਂ ਪੰਚਾਇਤਾਂ ਬਹਾਲ ਹੋਣ। ਦੇਖੋ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ, ਮੈਂ ਪੇਸ਼ੇ ਤੋਂ ਵਕੀਲ ਵੀ ਹਾਂ। ਕੋਈ ਵੀ ਸਰਕਾਰ 6 ਮਹੀਨੇ ਪਹਿਲਾਂ ਪੰਚਾਇਤ ਭੰਗ ਕਰ ਸਕਦੀ, ਪਰ 6 ਮਹੀਨੇ ਪਹਿਲਾਂ ਤਾਂ ਉਹਦੇ ਕੋਲ ਕੋਈ ਸੋਲਿਡ ਰੀਜ਼ਨ ਚਾਹੀਦਾ ਵੀ ਸਰਪੰਚ ਬਈ ਕੰਮ ਨਹੀਂ ਕਰਦੇ, ਜਾਂ ਸਰਪੰਚ ਇੱਥੇ ਵੀ ਪੰਜਾਬ 'ਚ ਸਰਪੰਚਾਂ ਕਰਕੇ ਮਾਹੌਲ ਖਰਾਬ ਹੈ। ਜਿਵੇਂ ਮੰਨ ਲਓ ਸੈਂਟਰ ਸਰਕਾਰ ਜਦੋਂ ਸਰਕਾਰਾਂ ਸਟੇਟਾਂ ਦੀਆਂ ਭੰਗ ਕਰਦੀ ਹੈ ਅਤੇ ਰਾਸ਼ਟਰਪਤੀ ਰਾਜ ਲਾਉਂਦੀ ਹੈ, ਉਵੇਂ ਇਹ ਭੰਗ ਕਰ ਸਕਦੇ, ਪਰ ਰੀਜ਼ਨ ਚਾਹੀਦਾ। ਰੀਜ਼ਨ ਇਹਨਾਂ ਨੇ ਆਪਦੇ ਨੋਟੀਫਿਕੇਸ਼ਨ 'ਚ ਕੋਈ ਰੀਜ਼ਨ ਨਹੀਂ ਦਿੱਤਾ ਵੀ ਅਸੀਂ ਇਸ ਰੀਜ਼ਨ ਕਰਕੇ ਭੰਗ ਕਰਦੇ ਹਾਂ। ਇਹਨਾਂ ਦੇ ਇੱਕ ਦੇਖੋ ਪੰਚਾਇਤਾਂ ਵੀ ਚੁਣੀਆਂ, ਇਹਨਾਂ ਦਾ ਇੱਕ ਬਹੁਤ ਮੈਂ ਗੱਲ ਕਰਾਂ, ਮੈਂ ਜਦੇ ਪੰਚਾਇਤਾਂ ਭੰਗੀਆਂ ਉਦੋਂ ਅਗਲੇ ਦਿਨ ਇੱਕ ਮੈਂ ਨਿਊਜ਼ ਦੇਖ ਰਿਹਾ ਸੀ, ਇਹਨਾਂ ਦੇ ਮਾਣਯੋਗ MLA ਸਾਹਿਬ ਬਾਘਿਆ ਪੁਰਾਣੇ ਵਾਲੇ ਉਹ ਨਿਊਜ਼ 'ਚ ਹੀ ਕਹਿ ਰਹੇ ਸੀ ਪੱਤਰਕਾਰਾਂ ਦੇ ਸਾਹਮਣੇ ਹੀ ਨਾਲ ਸਰਪੰਚ ਬਹਾ ਕੇ ਮੀਟਿੰਗ ਕਰਕੇ ਵੀ ਅਸੀਂ ਜਿਹੜੇ ਕੰਮ ਅਸੀਂ ਪੰਚਾਇਤਾਂ ਤਾਂ ਭੰਗ ਕੀਤੀਆਂ 5.5 ਮਹੀਨੇ ਪਹਿਲਾਂ ਵੀ ਲੋਕ ਸਰਪੰਚਾਂ ਕੋਲ ਜਾਂਦੇ ਸੀ ਅਤੇ ਕੰਮ ਦੂਜਾ ਕਿ ਹੋ ਨਹੀਂ ਰਹੇ ਸੀ ਵੀ ਅਸੀਂ ਸਰਪੰਚਾਂ ਰਾਹੀਂ ਕੰਮ ਨਹੀਂ ਕਰਾਉਣਾ ਚਾਹੁੰਦੇ ਸੀ, ਅਸੀਂ ਚਾਹੁੰਦੇ ਸੀ ਅਸੀਂ ਆਪਦੇ ਬੰਦਿਆਂ ਰਾਹੀਂ ਕੰਮ ਕਰੀਏ, ਅਸੀਂ ਤਾਂ ਪੰਚਾਇਤਾਂ ਭੰਗ ਕਰਕੇ ਪ੍ਰਬੰਧਕ ਲਾ ਦੇਣੇ ਆ ਅਤੇ ਪ੍ਰਬੰਧਕ ਤੋਂ ਅਸੀਂ ਕੰਮ ਕਰਾਵਾਂਗੇ, ਪਿੰਡਾਂ ਦਾ ਵਿਕਾਸ ਕਰਾਂਗੇ। ਜਿਹੜਾ ਨੁਮਾਇੰਦਾ ਚੁਣਿਆ ਜਾਵੇ, ਮੈਂ ਗੱਲ ਕਹਿਣਾ ਵੀ ਜੇ ਮੰਨ ਲਓ MP ਬਣਦਾ ਜੀ, ਜੇ MP ਬਣਦਾ ਇੰਡੀਆ 'ਚ ਉਹ ਕਿਸੇ ਵੀ ਪਾਰਟੀ ਦਾ ਹੋਵੇ, ਉਹਨੂੰ 5 ਕਰੋੜ ਰੁਪਈਆ 1 ਸਾਲ ਦਾ ਮਿਲਦਾ ਅਤੇ ਉਹਨੂੰ ਵਿਕਾਸ ਵਾਸਤੇ ਦਿੰਦੇ ਆ ਨਾ ਜੀ, ਕਿਸੇ ਵੀ ਪਾਰਟੀ ਦਾ ਹੋਵੇ। ਇਹ ਨਵੀਂ ਸਰਕਾਰ ਆਈ ਆ 1947 ਤੋਂ ਬਾਅਦ ਪਹਿਲੀ ਵਾਰੀ ਹੋਇਆ ਇਹਨਾਂ ਨੇ ਕਿਹਾ ਵੀ ਜਿਹੜੀ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੈ ਪੰਚਾਇਤਾਂ, ਉਹਨਾਂ ਨੂੰ ਭੰਗ ਕਰੀਏ ਅਤੇ ਆਪਦੇ ਪ੍ਰਬੰਧਕ ਲਾਈਏ ਅਤੇ ਪ੍ਰਬੰਧਕਾਂ ਨੂੰ ਤਾਂ ਇਕੱਲੇ ਸਾਈਨ ਕਰਨ ਵਾਸਤੇ ਰੱਖੀਏ ਅਤੇ ਬਾਕੀ ਕੰਮ ਅਸੀਂ ਆਪਦੇ ਬੰਦਿਆਂ ਤੋਂ ਕਰਾਵਾਂਗੇ। ਪਰ ਇਹ ਵੀ ਹੋ ਸਕਦਾ ਨਾ, ਹੋ ਸਕਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਦੇ ਮਾਇੰਡ ਦੇ ਵਿੱਚ ਇਹ ਹੋਵੇ ਜਿਵੇਂ ਹੁਣ ਅਕਾਲੀ ਦਲ ਦੇ ਸਰਪੰਚ ਹੋ ਗਏ, ਕਾਂਗਰਸ ਦੇ ਸਰਪੰਚ ਹੋ ਗਏ, ਕੰਮ ਸਰਕਾਰ ਨੇ ਪੈਸੇ ਦੇਣੇ ਆ, ਕੰਮ ਸਰਕਾਰ ਨੇ ਕਰਵਾਉਣਾ, ਅਤੇ ਤੁਸੀਂ ਹੋ ਸਕਦਾ ਵੀ ਸਰਕਾਰ ਨੂੰ ਬਦਨਾਮ ਕਰਨ ਦੀ ਖਾਤਰ ਤੁਸੀਂ ਕੰਮ ਨਾ ਸਹੀ ਕਰਦੇ ਹੋ, ਵਿਕਾਸ ਨਾ ਕਰਵਾਉਂਦੇ ਹੋ, ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਹੋਵੇ ਵੀ ਇਹ ਕੰਮ ਸਹੀ ਨਹੀਂ ਕਰ ਰਹੇ ਕਿਉਂਕਿ ਦੂਜੀਆਂ ਪਾਰਟੀਆਂ ਦੇ ਸਰਪੰਚ। ਗੱਲ ਹੈ ਜੀ, ਦਿੱਤਾ ਕੁਛ ਮੈਂ ਹੈ ਨਹੀਂ ਅਤੇ ਬਲੇਮ ਸਾਡੇ 'ਤੇ ਪਹਿਲਾਂ ਵੀ ਬਹੁਤ ਲੱਗ ਗਿਆ,
18 महीनों च पंजाब सरकार का सिंगल रुपया मैं तुहानू दसना चाहुंदा जिहड़ा पिंडां च कहिंदे ना असीं दित्ते आ 100 रुपया जे सेंटर तो वित्त कमिशन का चलता जी मान लो किसी पिंड की आबादी के हिसाब नाल उहनू 1 लाख रुपया मिलना उहदे च 70,000 रुपया पंचायत की खाते चला जाता 20,000 रुपया BDO दे खाते चला जाता 10,000 रुपया लख पिछे जिला परिषद के खाते चला जाता है तो वित्त कमिशन का ना वो सेंटर सरकार का पैसा ना 70 रुपये सरपंच ने लाने होंगे है 20 BDO दफ्तर वाले ने लाने तो 10 है वो जिला परिषद ने लाने होंगे है जोड़े वो पैसे भी वित्त कमिशन वाले कहते असी दे रहे हैं भी असी पिंडा देवे वो पैसे वो बीमारी इतने कितने आके अड़ गई चेयरमैन ब्लाक समिति कांग्रेस के जिला परिषद चेयरमैन कांग्रेस के इन्हों का तो एक ही मकसद से भी ये पैसा कांग्रेस के क्योंकि हिसाब नाल ना लगे पर मैं अगे मेरे भरा ने सरपंच ने भी कहा चुनिया होया नुमाइंदा किसी पार्टी का नहीं हुंदा खास करके पंचायत पिंडां च जाओ जी पिंडां च विकास के काम होया हर एक गली च कांग्रेस भी है अकाली भी आप भी है तो BJP वाले भी है फिर मैं तुहाडी गल का जवाब देना चाहुंदा भी जिवें ये गल कहिंदे आ भी पैसे साडे ते इन्हां ने सही नहीं लाउणे फिर पैसे तो सेंटर दे जी BJP वालों दे आ ਉਹ ਭੰਗ ਕਰਦੇ ਉਹ ਫਿਰ ਪੰਜਾਬ ਸਰਕਾਰ ਭੰਗ ਕਰਦੇ ਇਹਦਾ ਫਿਰ BJP ਵੀ ਵਿੱਤ ਕਮਿਸ਼ਨ ਦਾ ਪੈਸਾ ਪੰਜਾਬ ਸਰਕਾਰ ਸਹੀ ਨਹੀਂ ਲਾ ਰਹੀ ਉਹ ਭੰਗ ਕਰਦੇ ਪੰਜਾਬ ਸਰਕਾਰ ਜੇ ਉਹ ਪੰਜਾਬ ਸਰਕਾਰ ਭੰਗ ਕਰੂਗੀ ਵੀ ਸਾਡਾ ਵਿੱਤ ਕਮਿਸ਼ਨ ਦਾ ਪੈਸਾ ਪੰਜਾਬ ਸਰਕਾਰ ਸਹੀ ਨਹੀਂ ਲਾ ਰਹੀ ਫਿਰ ਇਹਨਾਂ ਨੂੰ ਕਿਵੇਂ ਲੱਗੂ ਜੀ ਇਹ ਇਹਨਾਂ ਦਾ ਪੈਸਾ ਨਹੀਂ ਜੀ ਇਹ ਸੈਂਟਰ ਦਾ ਪੈਸਾ ਵਿੱਤ ਕਮਿਸ਼ਨ ਦਾ ਪੈਸਾ ਫਿਰ ਤਾਂ ਫਿਰ ਜੇ ਸਹੀ ਨਾ ਲੱਗੂ ਵਿੱਤ ਕਮਿਸ਼ਨ ਦਾ ਪੈਸਾ ਫਿਰ ਤੁਸੀਂ ਆਪ ਹੀ ਦੱਸੋ ਫਿਰ ਕੀ ਭੰਗ ਹੋਣਾ ਚਾਹੀਦਾ ਫਿਰ ਪੰਜਾਬ ਸਰਕਾਰ ਭੰਗ ਹੋਣੀ ਚਾਹੀਦੀ ਹੈ ਨਾ ਜੀ ਅਤੇ ਇਹ ਪੰਜਾਬ ਸਰਕਾਰ ਪਚੇਤਾ ਭੰਗ ਕਰੀ ਜਾਂਦੀ ਹੈ ਇਹ ਤਾਂ ਪੈਸਾ ਦੇਖੋ ਜਦੋਂ ਦੇ ਇਹ ਸਰਕਾਰ ਆਈ ਹੈ ਇੱਕ ਪ੍ਰੋਗਰਾਮ ਲੈ ਕੇ ਚੱਲੀ ਹੈ 1.5 ਸਾਲ ਦੇ ਵਿੱਚ ਤੁਹਾਡੇ ਕੋਲੇ ਤੁਸੀਂ ਆਏ ਪੈ ਖਾਤਿਆਂ ਦੇ ਵਿੱਚ ਪੈਸੇ ਇਹ ਮੌਜੂਦਾ ਸਰਕਾਰ ਵੱਲੋਂ ਤੁਹਾਡੇ ਖਾਤਿਆਂ ਦੇ ਵਿੱਚ ਸਰਪੰਚਾਂ ਦੇ ਪੰਚਾਇਤ ਦੇ ਜਾਂ ਕੋਈ 1.5 ਸਾਲ 'ਚ ਜੀ ਪੰਜਾਬ ਸਰਕਾਰ ਦਾ ਸਿੰਗਲ ਰੁਪਈਆ ਪੰਚਾਇਤਾਂ ਦੇ ਖਾਤੇ 'ਚ ਨਹੀਂ ਆਇਆ ਪੰਜਾਬ ਸਰਕਾਰ ਦਾ ਸਿੰਗਲ ਰੁਪਈਆ ਪੰਚਾਇਤਾਂ ਦੇ ਖਾਤੇ 'ਚ ਨਹੀਂ ਆਇਆ ਇਹ ਤਾਂ ਜਿਹੜੇ ਪਹਿਲਾਂ ਦੇਖੋ ਜਦੋਂ ਸਰਕਾਰ ਬਣੀ ਸੀ ਇਹਨਾਂ ਨੇ ਇੱਕ ਚਿੱਠੀ ਕੱਢੀ ਸੀ ਵੀ ਪੈਸੇ ਵਾਪਸ ਮੰਗਾ ਲਓ ਜਿਹੜੇ ਵਿਕਾਸ ਕਾਰਜ ਵੀ ਬੰਦ ਆ ਫਿਰ ਉਦੋਂ 1.5 ਸਾਲ ਤੋਂ ਮੈਂ ਉਹ ਜਿਹੜਾ ਪੰਜਾਬ ਸਰਕਾਰ ਨੇ ਆਪਦੇ ਪੈਸਿਆਂ ਦੇ RDF ਦੀ ਜਾਂ ਜਿਹੜੇ ਹੋਰ ਪੰਜਾਬ ਸਰਕਾਰ ਦੇ ਪੈਸੇ ਸੀ ਉਹ ਵਾਪਸ ਮੰਗਾ ਲਏ ਸੀ ਅਤੇ ਸੈਂਟਰ ਸਰਕਾਰ ਦੇ ਪੈਸੇ ਮੰਗਾ ਨਹੀਂ ਸਕਦੇ ਸੀ ਉਹ ਕੰਮ ਰੋਕਣ ਵਾਸਤੇ ਇਹ ਖੜਾ ਜੀ ਸਾਡੇ ਪੱਕੀ ਕਲਾਂ ਤੋਂ ਸਰਪੰਚ ਹੈ ਜੀ ਇਹ ਤਾਂ ਸ਼ਿਕਾਇਤਾਂ ਵੀ ਇਹ ਕੰਮ ਕਰੂਗਾ ਸਾਡੇ ਬਲਾਕ ਦਾ ਪ੍ਰਧਾਨ ਵੀ ਹੈ ਪੰਚਾਇਤ ਯੂਨੀਅਨ ਦਾ ਇਹਨੇ ਕੰਮ ਵੀ ਬਹੁਤ ਕੀਤੇ ਆ ਪੱਖੀ ਨੂੰ ਐਂ ਸਿਆਉਣੇ ਦੀ ਚਿੜੀ ਬਣਾਇਆ ਅਤੇ ਪਰ ਇਹ ਹੋਰ ਕਰੂ ਇਹ ਤਾਂ ਸ਼ਿਕਾਇਤਾਂ ਇਹ 2 ਵਾਰੀ ਸਸਪੈਂਡ ਫਿਰ ਕੋਰਟ ਵੱਲੋਂ ਬਹਾਲ ਮੈਂ ਖੜਾ ਜੀ ਮੇਰੀਆਂ ਸ਼ਿਕਾਇਤਾਂ ਜੀ ਪਹਿਲਾਂ ਸ਼ਿਕਾਇਤ ਕਰਕੇ ADC ਸਾਹਿਬ ਤੋਂ ਮੇਰੀਆਂ ਇਹਨਾਂ ਨੇ ਇਨਕੁਆਇਰੀਆਂ ਕਰਾ ਲਈਆਂ ਇਨਕੁਆਇਰੀਆਂ ਮੇਰੇ ਹੱਕ 'ਚ ਰਿਪੋਰਟ ਆ ਗਈ ਫਿਰ ਸ਼ਿਕਾਇਤ ਵਿਜੀਲੈਂਸ ਦੇ ਦੇਖੋ ਜਦੋਂ ਤੁਸੀਂ ਆਪਦੀ ਸਰਕਾਰ 'ਚ ਇੱਕ ਮੇਰੀ ਇਨਕੁਆਇਰੀ ਕਰਾ ਲਈ ਕਿ ਉਹ ਮੇਰੇ ਪੋਜ਼ਿਟਿਵ ਆ ਗਈ ਅਤੇ ਫਿਰ ਤੁਸੀਂ ਹੋਰ ਇਨਕੁਆਇਰੀ ਦੀ ਇੱਕ ਐਪਲੀਕੇਸ਼ਨ ਦਿੰਦੇ ਵੀ ਨਹੀਂ ਵੀ ਸਵਾਦ ਨਹੀਂ ਆਇਆ ਸਵਾਦ ਵਾਲੀ ਗੱਲ ਨਹੀਂ ਗ੍ਰਾਮ ਪੰਚਾਇਤ ਮਚਾਕੀ ਕਲਾਂ ਦੇ ਖਾਤੇ 'ਚ ਲਗਭਗ 75 ਲੱਖ ਰੁਪਈਆ ਪਿਆ ਜਿਹੜਾ ਇਹ ਲੋਨ ਨਹੀਂ ਦੇ ਰਹੇ ਇਸ ਟਾਈਮ ਪਿਆ ਇਸ ਟਾਈਮ ਮੈਂ ਆਪਦੇ ਖਾਤਿਆਂ ਦੀ ਡਿਟੇਲ ਦੇ ਸਕਦਾ ਇਹਨਾਂ ਨੇ ਮੇਰੇ 'ਤੇ ਸ਼ਿਕਾਇਤਾਂ ਕਰੀ ਰੱਖੀਆਂ ਮੈਨੂੰ ਉਲਝਾਉਣ ਵਾਸਤੇ ਫਿਰ ਜਦੋਂ ਮੈਂ ਸ਼ਿਕਾਇਤਾਂ 'ਚੋਂ ਨਿਕਲਿਆ ਤਾਂ ਫਰੀਦਕੋਟ 'ਚ BDO ਹੀ ਹੈ ਨਹੀਂ ਜਿਹਦੇ 'ਚ ਮੈਂ ਆਪਦੇ ਵੱਲੋਂ ਉਧਾਰ ਚੱਕ ਕੇ 20-25 ਲੱਖ ਦਾ ਕੰਮ ਕਰੀ ਬੈਠਾ ਉਹ ਮੇਰੀ ਦੇਣਦਾਰੀ ਹੈ ਮੈਂ ਤਾਂ ਇੱਕ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਜਿਹੜੇ ਆਮ ਆਦਮੀ ਦੇ ਸਰਪੰਚ ਚਾਹੁੰਦੇ ਆ ਲੜਨਾ ਕਿਉਂਕਿ ਜਿਨ੍ਹਾਂ ਨੇ ਜਦੋਂ ਸਰਕਾਰਾਂ ਆਉਂਦੀਆਂ ਨਾ ਦਿਲ 'ਚ ਲੱਡੂ ਫੁੱਟਦੇ ਆ ਵੀ ਅਸੀਂ ਇਹ ਸਰਪੰਚ ਬਣਿਆ ਸੀ ਅਸੀਂ ਵੀ ਬਣਾਂਗੇ ਅਸੀਂ ਵੀ ਮੈਂਬਰ ਬਣਾਂਗੇ ਹੁਣ ਮੰਨ ਲਓ ਤੁਸੀਂ ਖਬਰ ਚਲਾਉਣੀ ਹੈ ਤੁਸੀਂ ਇਸ ਖਬਰ 'ਤੇ ਕਮੈਂਟ ਪੜ੍ਹ ਲਓ ਜੇ ਸਾਨੂੰ ਲੋਕ ਗਾਲਾਂ ਵੀ ਕੱਢਣਗੇ ਇਹ ਖਾ ਗਏ ਹੋਏ ਪੀ ਗਏ ਹੋਏ ਜੇ ਖਾਧੇ ਹੁੰਦੇ ਤਾਂ ਮੈਨੂੰ ਨੈਸ਼ਨਲ ਅਵਾਰਡ ਨਾ ਮਿਲਦਾ 2019 'ਚ ਮੇਰੀ ਸ਼ਿਕਾਇਤ ਹੋਈ ਹੋਮ ਮਿਨਿਸਟਰੀ ਸੈਂਟਰ ਸਰਕਾਰ ਨੂੰ ਗ੍ਰਾਮ ਪੰਚਾਇਤ ਮਚਾਕੀ ਕਲਾਂ ਦੀ ਉੱਥੋਂ ਟੀਮ ਆਈ BJP ਸੈਂਟਰ ਸੀ ਅਕਾਲੀ ਦਲ ਸਟੇਟ ਸੀ ਮੈਂ ਕਾਂਗਰਸੀ ਸੀ ਮੇਰੀ ਸ਼ਿਕਾਇਤ ਹੋਈ ਸੈਂਟਰ 'ਚੋਂ ਟੀਮ ਆਈ ਅਤੇ ਉਹ ਮੇਰਾ ਕੰਮ ਚੈੱਕ ਕਰਕੇ ਗਈ ਅਤੇ ਜਾਂਦੇ ਜਾਂਦੇ 4 IAS ਅਫਸਰ ਆਏ ਸੀ ਮੇਰੇ ਕੰਨ 'ਚ ਫੂਕ ਮਾਰ ਕੇ ਵੀ ਸੈਂਟਰ ਸਰਕਾਰ ਔਨਲਾਈਨ ਇੱਕ ਅਵਾਰਡ ਨੈਸ਼ਨਲ ਅਵਾਰਡ ਦਿੰਦੀ ਆ ਅਪਲਾਈ ਕਰਾਉਂਦੀ ਆ ਕਰਦੇ ਹੋਏ ਤੁਹਾਡਾ ਕੰਮ ਬਹੁਤ ਵਧੀਆ ਅਤੇ ਮੇਰੀ ਸ਼ਿਕਾਇਤ ਮੇਰੇ ਫਾਇਦੇ 'ਚ ਗਈ ਸੀ ਉਹ
ਤੇ ਉਦੋਂ ਬਾਅਦ ਮੈਂ ਨੈਸ਼ਨਲ ਅਵਾਰਡ ਵੀ ਮਿਲਿਆ ਸੀ। ਨੈਸ਼ਨਲ ਅਵਾਰਡ ਮਿਲਿਆ, ਤੁਸੀਂ ਵੀ ਖਬਰ ਕੀਤੀ ਸੀ ਆ ਕੇ, ਤੇ ਮੈਨੂੰ ਉਹ ਸ਼ਿਕਾਇਤ 'ਚੋਂ ਅਵਾਰਡ ਮਿਲਿਆ ਸੀ। ਨੈਸ਼ਨਲ ਅਵਾਰਡ ਮਿਲੀ ਜਾਂਦੇ ਸ਼ਿਕਾਇਤਾਂ ਤੋਂ ਬਾਅਦ ਜੀ ਇਹ ਕਹਿੰਦੇ ਵੀ ਇਹਨਾਂ ਨੇ ਕੰਮ ਨਹੀਂ ਸਹੀ ਕੀਤਾ, ਤੁਸੀਂ ਮਚਾਕੀ ਕਲਾਂ 'ਚ ਗਰਾਊਂਡ ਲੈਵਲ 'ਤੇ ਜਾਓ ਮੇਰੇ ਪਿੰਡ। ਮਚਾਕੀ ਕਲਾਂ 'ਚ ਜੇ ਕੋਈ ਮੇਰਾ ਵਿਰੋਧੀ ਵੀ ਆ, ਠੀਕ ਆ, ਜਿਹੜੇ ਹੁਣ ਆਮ ਆਦਮੀ ਦੇ ਸਰਪੰਚੀ ਲੜਨ ਨੂੰ ਫਿਰਦੇ ਜਾਂ ਕੋਈ ਹੋਰ ਹੋਰ ਕਿਸੇ ਚੱਕਰ 'ਚ ਵੀ ਤੁਹਾਨੂੰ ਅਸੀਂ ਅਫਸਰ ਲਵਾਵਾਂਗੇ ਤੁਹਾਡੇ ਬੱਚਿਆਂ ਨੂੰ, ਕੁਛ ਕਹਿ ਸਕਦੇ ਜਾਣ ਕੇ, ਜਿਹੜਾ ਆਮ ਬੰਦਾ ਮੇਰੇ ਪਾਰਟੀ ਦਾ ਨਹੀਂ, ਮੇਰੇ ਉਲਟ ਵਾਲਾ ਜਿਹਨੇ ਮੈਨੂੰ 13 'ਚ ਵੋਟ ਨਹੀਂ ਪਾਈ, ਮੈਨੂੰ ਮੇਰੇ ਨਾਲ 18 'ਚ ਨਹੀਂ ਆਇਆ, ਉਹ ਬੰਦਾ ਤੁਹਾਨੂੰ ਕਹੂਗਾ ਵੀ ਕੰਮ ਮਚਾਕੀ ਦੇ ਬਹੁਤ ਜ਼ਿਆਦਾ ਹੋਏ। ਪਹਿਲਾਂ ਇੰਨੇ ਕਦੇ ਨਹੀਂ ਹੋਏ, ਤੁਹਾਨੂੰ ਕਹਿਣਗੇ। ਮੈਂ ਅੱਜ ਵਿਸ਼ਵਾਸ ਨਾਲ ਦੇਣਾ, ਮੈਂ ਹੁਣ ਜਿਹੜਾ 75 ਲੱਖ ਰੁਪਇਆ ਤੁਹਾਡੇ ਖਾਤੇ ਦੇ ਵਿੱਚ ਪਿਆ, ਹੁਣ ਪ੍ਰਬੰਧਕ ਲੱਗ ਗਏ, ਹੁਣ ਲੱਗ ਜਾਣਗੇ ਪੈਸੇ ਫਿਰ ਉਹ? ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ, ਪੈਸੇ ਉਹ ਮੈਂ ਲਾ ਕੇ ਹਟੂੰਗਾ, ਪ੍ਰਬੰਧਕ ਨਾ ਲਾਊ ਤਾਂ ਮੈਂ ਹਾਈਕੋਰਟ 'ਚ, ਮੈਂ ਵਕੀਲ ਆ, ਤੁਹਾਨੂੰ ਦੱਸਿਆ ਮੈਂ ਹਾਈਕੋਰਟ 'ਚ ਜਾਊਂਗਾ। ਪੈਸੇ ਤੁਸੀਂ ਲਵਾਓਗੇ? ਪੈਸੇ ਵੱਲੋਂ ਪ੍ਰਬੰਧਕ ਦੇ ਨਾਲ ਖੜ ਕੇ ਲਾਊ ਮੈਂ, ਪੰਚਾਇਤ ਪਾਉਂਦੀ, ਇਹਨਾਂ ਦਾ ਬੰਦਾ ਕਹਿਣਗੇ ਸਾਡਾ ਆਊਗਾ, ਮੈਂ ਖੜੂ ਨਾਲ, ਪੈਸੇ ਮੈਂ ਲੈ ਕੇ ਆਇਆ। ਤੁਹਾਨੂੰ ਤਾਂ ਪੰਗ ਹੀ ਕਰਤਾ ਫਿਰ, ਤੁਸੀਂ ਤੁਹਾਡੇ ਕੋਲ ਕੀ ਰਹਿ ਗਿਆ ਹੁਣ? ਦੇਖੋ ਜੀ, ਇਹ ਸਰਕਾਰ 'ਚ 18 ਮਹੀਨੇ 'ਚ ਇਹਨਾਂ ਕੋਲ ਕੁਛ ਨਹੀਂ ਸੀ ਨਾ ਪੰਚਾਇਤ ਦਾ, ਹਰੇਕ ਥਾਂ ਪੰਗੇ ਲੈਂਦੇ ਸੀ ਨਾ, ਪੜ੍ਹਿਆ ਲਿਖਿਆ ਜੀ ਸਰਪੰਚ ਰਿਹਾ। ਚੱਲ ਹਜੇ ਤਾਂ ਅਸੀਂ, ਪਰਮਾਤਮਾ ਕਰੇ ਮਾਣਯੋਗ ਹਾਈਕੋਰਟ ਸਾਡੇ ਫੈਸਲਾ ਸਾਡੇ ਹੱਕ 'ਚ ਆਵੇ, ਅਸੀਂ ਆਪਦਾ ਪੈਸੇ ਆਪ ਖਰਚ ਗਏ। ਇਹ ਆਪ ਮੈਂ ਇੱਕ ਗੱਲ ਤੁਹਾਡੇ, ਮੈਂ ਤੁਹਾਨੂੰ ਦੱਸਿਆ ਵੀ ਤੁਹਾਡੇ ਪ੍ਰਧਾਨ ਜੀ, ਇੱਕ ਗੱਲ ਮੈਂ ਵੀ ਕਹਿੰਦਾ, ਇਹ ਤਾਂ ਨਹੀਂ ਤੁਹਾਡੇ ਜਿਵੇਂ ਬੋਲ ਹੈ ਤੁਹਾਡੀ, ਜਿਵੇਂ ਆਪਦੀ ਸਰਕਾਰ ਕਾਂਗਰਸ ਦੀ ਹੁੰਦੀ ਸੀ ਉਦੋਂ ਐਂ ਜਿਹੀਆਂ ਗੱਲਾਂ ਕਰਦੇ ਹੁੰਦੇ ਸੀ, ਅਸੀਂ ਐਂ ਕਰਾ ਕੇ ਰਵਾਂਗੇ, ਐਂ ਕਰਾ ਕੇ ਰਵਾਂਗੇ, ਉਹ ਅੱਜ ਵੀ ਬੋਲ ਤੁਹਾਡੇ ਨਿਕਲ ਰਹੇ ਆ? ਦੇਖੋ ਜੀ, ਜਿਹੜਾ ਤੁਸੀਂ ਇਹ ਗੱਲ ਕਹਿਣੀ, ਮੈਂ ਤੁਹਾਨੂੰ ਇਹ ਗੱਲ ਕਹਿਣਾ, ਮੈਂ ਆਪਦੇ ਪਿੰਡ 'ਚ ਕੰਮ ਕੀਤਾ, ਮੈਂ ਆਪਦੇ ਪਿੰਡ 'ਚ, ਤੁਹਾਨੂੰ ਪਤਾ, ਤੁਸੀਂ ਨਿਊਜ਼ ਚੱਲੀ ਸੀ ਕੋਵਿਡ ਆਇਆ ਸੀ, ਮੇਰੇ ਭਰਾ ਨੇ ਵੀ, ਅਸੀਂ ਮੈਂ 45 ਦਿਨ ਘਰੇ ਆਪਦੇ ਵੱਲੋਂ ਰੋਟੀ ਪਕਾ ਕੇ, ਸਾਡੇ SC ਵਾਦੀ ਵਿਵਾਦ ਦਾ ਗਰੀਬ ਜਿਹੜੇ ਜਰਨਲ ਵੀ ਜਿਹੜੇ ਆਉਂਦੇ, ਅਸੀਂ ਘਰਾਂ 'ਚ ਰੋਟੀ ਵੰਡੀ। ਬਥੇਰੇ ਨੌਜਵਾਨਾਂ ਨੂੰ ਬਲ, ਬਿਲਕੁਲ ਇਹ ਸਹੀ ਗੱਲ ਹੈ, ਨਸ਼ਾ ਮੁਕਤ ਕੀਤਾ ਤੁਸੀਂ। ਮੈਂ ਨਸ਼ੇ ਦਾ ਆਪਦਾ, ਇਹ ਸਰਕਾਰ 'ਚ ਆਪਦੇ ਖਰਚੇ 'ਤੇ ਨਸ਼ੇ ਖਿਲਾਫ਼ ਸੈਂਟਰ ਚਲਾ ਕੇ ਨਸ਼ਾ ਮੁਕਤ ਮੁੰਡੇ ਕੀਤੇ ਆਪਦੇ ਪਿੰਡ ਦੇ, ਮੈਂ ਉਹ ਇਹਦੇ ਕਰਕੇ ਤਾਂ ਨਹੀਂ ਕੀਤੇ ਸੀ ਵੀ ਮੈਂ ਉਹਦਾ ਲਾਹਾ ਲੈਣਾ, ਮੈਂ ਤਾਂ ਜਦੋਂ ਇਹ ਸਰਕਾਰ ਬਣੀ ਸੀ ਸਾਡੇ ਪਿੰਡ ਵਾਲਿਆਂ ਨੂੰ, ਜਿਹੜੇ ਆਮ ਆਦਮੀ ਦੇ ਵਰਕਰ, ਉਹਨੂੰ ਇਹ ਗੱਲ ਕਹੀ ਸੀ, ਵਧੀਆ ਕੈਂਡੀਡੇਟ ਦੇ ਦਿਓ ਜੇ ਅਤੇ ਕਾਂਗਰਸ ਤੁਹਾਡੇ ਸਾਹਮਣੇ ਸਰਪੰਚ ਨਹੀਂ ਖੜਾ ਕਰੂਗੀ, ਇਹਨਾਂ ਦੇ ਦਿਮਾਗ 'ਚ ਇਹ ਹੈ। ਅੱਜ ਵੀ ਕਹਿ ਰਹੇ ਇਹ ਗੱਲ ਕਿ? ਹਾਂ, ਮੈਂ ਅੱਜ ਵੀ ਕਹਿ ਰਿਹਾ, ਮੇਰੇ ਭਰਾ ਵੀ ਕਹਿ ਰਹੇ, ਅੱਜ ਇਕੱਲਾ ਲਵਲੀ ਖੜਾ, ਵਿੱਕੀ ਖੜਾ, ਬਿੱਲੀ ਵਾਲੇ ਤੋਂ, ਦਿਹਾਤੀ ਤੋਂ ਖੜਾ, ਬਲਵੀਰ ਟੰਟਾ, ਇਹ ਕੁਲਵਿੰਦਰ ਖੜਾ, ਪੱਕੀ ਅਕਾਲੀ ਦਲ ਦੀ ਵੀ ਇਹੀ ਸੋਚ ਹੈ ਫਿਰ? ਹਾਂਜੀ ਹਾਂਜੀ ਬਿਲਕੁਲ। ਕੈਂਡੀਡੇਟ ਵਧੀਆ ਦੇਣ, ਕੈਂਡੀਡੇਟ ਪੜ੍ਹੇ ਲਿਖੇ ਹੋਣ, ਕੈਂਡੀਡੇਟ ਕਿਸੇ ਲੀਡਰ ਦੇ ਝੋਲੀ ਚੁੱਕਣਾ ਬੰਨ। ਮੈਂ ਤੁਹਾਨੂੰ, ਤੁਸੀਂ ਕਿਹਾ ਵੀ ਕਾਂਗਰਸ ਵੇਲੇ ਗੱਲ ਕਰਦੇ ਸੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ 2013 ਤੋਂ 2018 ਤੱਕ ਸਰਪੰਚੀ ਕੀਤੀ, ਉਦੋਂ ਅਕਾਲੀ ਦਲ ਦੀ ਸਰਕਾਰ ਸੀ ਅਤੇ ਅਕਾਲੀ ਦਲ ਇੱਕ ਮੁੱਦਾ ਲੈ ਕੇ ਆਇਆ ਸੀ ਵੀ ਪ੍ਰਾਈਵੇਟ ਫਰਮ ਆਡਿਟ ਕਰੂਗੀ, ਅਸੀਂ ਅਕਾਲੀ ਦਲ ਉਲਟ ਧਰਨਾ ਦਿੱਤਾ ਜੀ, ਉਦੋਂ ਬਾਅਦ ਕਾਂਗਰਸ ਸਰਕਾਰ 'ਚ ਸਰਪੰਚ ਰਹੇ ਹਾਂ ਅਤੇ ਕਾਂਗਰਸ ਸਰਕਾਰ ਇੱਕ ਲੈ ਕੇ ਆਈ ਵੀ ਜਿਹੜਾ ਵੀ ਕੰਮ ਹੋਊਗਾ ਉਹ ਕਨਵਰਜੈਂਸ ਨਾਲ ਆਊਗਾ, ਪੰਚਾਇਤ ਐਂਡ ਮਨਰੇਗਾ ਸਾਂਝੀ, ਉਹ ਗੱਲ ਦੀ ਹੱਡੀ ਸੀ, ਕੰਮ ਰੁਕ ਗਏ ਸੀ, ਅਸੀਂ ਉਹ ਫਰੀਦਕੋਟ ਦੀ ਜਿਹੜੀ ਯੂਨੀਅਨ ਆ ਪੰਚਾਇਤ ਯੂਨੀਅਨ, ਇੱਥੋਂ ਸ਼ੁਰੂ ਹੋਇਆ ਉਹ ਕੰਮ, ਅਸੀਂ ਐਜੀਟੇਸ਼ਨ ਸ਼ੁਰੂ ਕੀਤੀ, ਬਾਜਵਾ ਸਾਹਿਬ ਸਾਡੇ ਮੰਤਰੀ ਸੀ ਉਸ ਮਹਿਕਮੇ ਦੇ, ਅਸੀਂ ਉਹ ਫੈਸਲਾ ਵਾਪਸ ਕਰਾਇਆ ਸੀ, ਅਸੀਂ ਆਣੇ ਵੀ ਅਸੀਂ ਸਰਪੰਚ ਜਿਹੜੇ ਦਾ ਹੁਣ ਲਹਿਜੇ 'ਚ ਗੱਲ ਕਰਦੇ ਹਾਂ, ਅਸੀਂ ਸਾਰੀਆਂ ਸਰਕਾਰਾਂ ਨਾਲ ਇਸ ਲਹਿਜੇ 'ਚ ਗੱਲ ਕੀਤੀ, ਭਾਉਂਦੀ ਕਾਂਗਰਸੀ ਸੀ ਸਰਪੰਚ, ਕਾਂਗਰਸੀ ਸਰਕਾਰ, ਕਾਂਗਰਸੀ ਸੀ, ਪਰ ਅਸੀਂ ਮੰਤਰੀ ਨਾਲ, ਕਾਂਗਰਸ ਦੇ ਮੁੱਖ ਮੰਤਰੀ ਨਾਲ, ਸਾਡੇ MLA ਨਾਲ, ਅਸੀਂ ਅੱਖਾਂ 'ਚ ਅੱਖਾਂ ਪਾ ਕੇ ਪੰਚਾਇਤ ਦੇ ਕੰਮ ਵਾਸਤੇ ਗੱਲ ਕਰਦੇ ਸੀ, ਅਸੀਂ ਹੁਣ ਵੀ ਇਹ ਗੱਲ ਕਹਿੰਦੇ ਹਾਂ, ਬੰਦੇ ਉਹ ਆਮ ਆਦਮੀ ਵਾਲੇ ਅੱਗੇ ਲੈ ਕੇ ਆਉਣ ਜਿਹੜੇ ਪਿੰਡਾਂ ਦਾ ਵਿਕਾਸ ਹੋ ਸਕੇ, ਪਿੰਡਾਂ ਦਾ ਕੰਮ ਕਰ ਸਕਣ, ਜਿੱਥੇ ਚੰਡੀਗੜ੍ਹ ਬੈਠੇ IS ਅਫਸਰ ਜਿਹੜੇ ਉਹ ਉੱਥੇ ਜਿਨ੍ਹਾਂ ਨੂੰ ਗਰਾਊਂਡ ਲੈਵਲ ਵਾਸਤੇ ਪਤਾ ਹੀ ਨਹੀਂ, ਉੱਥੋਂ ਚਿੱਠੀ ਨਾ ਕੱਢਣ ਕਿ ਇੱਥੋਂ ਵਾਲੇ ਜਿਹੜੇ ਫਰੀਦਕੋਟ ਵਾਲੇ ਉਹ ਚਿੱਠੀ ਨੂੰ ਲਾਗੂ ਕਰ ਦਿੰਦੇ ਆ, ਅਤੇ ਉਹਦੇ ਉਲਟ ਆਪਦੇ MLA ਕੋਲ ਜਾਣ, ਆਪਦੇ ਮੰਤਰੀ ਕੋਲ ਜਾਣ, ਆਪਦੇ ਮੁੱਖ ਮੰਤਰੀ ਕੋਲ ਜਾਣ ਅਤੇ ਜਾ ਕੇ ਕਹਿਣ ਨਹੀਂ ਆਹ ਸਹੀ ਆ ਜੀ, ਐਂ ਕਰੋ, ਉਹ ਜੇ ਬੰਦੇ ਅੱਗੇ ਲਿਆਉਣ ਜਿਹੜੇ ਪੜ੍ਹੇ ਲਿਖੇ ਹੋਣ, ਪਿੰਡ ਦਾ ਖਾਣ ਦੀ ਬਜਾਏ ਪਿੰਡ ਲਾਉਣ ਦੀ ਗੱਲ ਕਰਨ। ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ, ਜਿਹੜੀ ਮੈਂ 75 ਲੱਖ ਦੀ ਗੱਲ ਕੀਤੀ ਆ, ਜੇ ਸਰਪੰਚ ਖਾਣ ਵਾਲਾ ਹੋਵੇ ਨਾ ਜੀ, ਉਹ ਜਦੋਂ ਪੈਸੇ ਆਉਂਦੇ ਆ ਨਾ ਨਵੇੜ ਦਿੰਦਾ ਕੰਮ, ਅਗਲ ਨਾਲ ਨਵੇਟੀਏ ਪਰਾਂ, ਜੇ ਮੈਂ ਪੈਸੇ ਇਕੱਠੇ ਕੀਤੇ ਲਏ ਇੱਧਰੋਂ ਇਕੱਠੇ, ਜਵਾਬ ਵੀ ਦੇਣਾ ਪਊਗਾ ਨਾ, ਜਵਾਬ ਦੇਣ ਵਾਸਤੇ ਰੱਖ ਲੈਂਦੇ ਸਾਰਾ ਸਿਸਟਮ। ਮੈਂ ਕਹਿੰਦਾ ਮੇਰੀ ਸ਼ਿਕਾਇਤ ਹੋਈ ਆ, ਜੇ ਮੈਂ ਸਹੀ ਸੀ ਤਾਂ ਉਹਨੂੰ ਚੋਂ ਨਿਕਲ, ਸੈਂਟਰ ਸਰਕਾਰ 'ਚੋਂ ਸ਼ਿਕਾਇਤ, ਜਿਵੇਂ ਤੁਸੀਂ ਕਿਹਾ ਵੀ ਵੈਸੇ ਵੀ ਖਾ ਸਕਦੇ, ਆਹ ਨੂੰ ਜੀ, ਅਗਲਾ ਕਹਿੰਦਾ ਲਾਈਏ ਛੇਤੀ, ਨਵੇੜੀਏ ਛੇਤੀ,
ਜੇ ਨਵੇੜਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਯਾਨੀ ਕਿ ਕਹਿ ਸਕਦੇ ਤੁਸੀਂ ਵਿਕਾਸ ਕਰਵਾਈਏ ਜਲਦੀ ਵੀ ਛੇਤੀ ਉਹਦਾ ਪੈਸਾ ਨਾ ਛੇਤੀ ਆਉਂਦਾ ਲਾ ਦਈਏ ਵੀ ਇਹ ਨਾ ਹੋਵੇ ਕਿਤੇ ਕੋਈ ਉਹ ਜੀ ਗੱਲ ਹੋ ਜੇ ਸਾਨੂੰ ਇਹ ਸੀ ਵੀ ਜੇ ਅਸੀਂ ਪੈਸੇ ਲਏ ਅਸੀਂ ਆਪਦੇ ਮਾਨ ਨਾਲ ਪੈਸੇ ਲਾ ਦੇਣੇ ਮੈਂ ਇੱਕ ਗੱਲ ਛੋਟੀ ਜਿਹੀ ਹੋਰ ਕਹਿਣਾ ਚਾਹੁੰਦਾ ਜਿਹੜੇ ਸਰਪੰਚੀਆਂ ਮੈਂਬਰੀਆਂ ਜਿਨ੍ਹਾਂ ਨੇ ਲੜਨੀਆਂ ਨਿਊਜ਼ ਚੱਲਣੀ ਥੱਲੇ ਕਮੈਂਟ ਹੋਣੇ ਬਹੁਤ ਕਮੈਂਟ ਕਰਨੇ ਬੜਾ ਸੌਖੀ ਹੈ ਏ ਸੀ ਵਾਲੇ ਕਮਰੇ 'ਚ ਬਹਿ ਕੇ ਜਦੋਂ ਸਿਆਲ ਹੈ ਰਜਾਈ 'ਚ ਬਹਿ ਕੇ ਅਤੇ ਕਮੈਂਟ ਕਰਨਾ ਅਤੇ ਕਮੈਂਟ ਕਰਨ ਵਾਲੇ ਬੰਦੇ ਕੌਣ ਹੁੰਦੇ ਆਮ ਲੋਕ ਹੁੰਦੇ ਆ ਕਿ ਕੌਣ ਹੁੰਦਾ ਜ਼ਿਆਦਾ ਤਾਂ ਜਿਹੜੇ ਸਰਕਾਰਾਂ ਦੇ ਆਪਣੇ ਹੈਗੇ ਆ ਜੀ ਸੋਸ਼ਲ ਮੀਡੀਆ ਚਲਾਉਂਦੇ ਆ ਜਾਂ ਜਿਨ੍ਹਾਂ 'ਤੇ ਜ਼ਿਆਦਾ ਸਰਕਾਰ ਚੜ੍ਹੀ ਹੁੰਦੀ ਆ ਆਈ ਟੀ ਬੈਂਕ ਦੇ ਨਾਲ ਜਿਨ੍ਹਾਂ 'ਤੇ ਜ਼ਿਆਦਾ ਚੜ੍ਹੀ ਹੁੰਦੀ ਜਿਨ੍ਹਾਂ ਨੂੰ ਕੁਛ ਵੀ ਚੰਗਾ ਨਹੀਂ ਲੱਗਦਾ ਉਹ ਜਹਾਨ 'ਤੇ ਆਏ ਹੀ ਨੁਕਤਾਚੀਨੀ ਵਾਸਤੇ ਹੁੰਦੇ ਆ ਉਹ ਕਮੈਂਟ ਕਰਦੇ ਆ ਕਮੈਂਟ ਕਰਕੇ ਕਹਿੰਦੇ ਆ ਚੋਰ ਸਰਪੰਚ ਜਦੋਂ ਬਾਈ ਜੀ ਕੋਈ ਸਰਪੰਚੀ ਕਰਦਾ ਨਾ ਜੀ ਉਦੋਂ ਪਤਾ ਲੱਗਦਾ ਮੈਂ ਤਾਂ ਇਹਨਾਂ ਨੂੰ ਕਹਿਣਾ ਵੀ ਆਉਣ ਅੱਗੇ ਕਮੈਂਟ ਕਰਨ ਦੀ ਬਜਾਏ ਇਲੈਕਸ਼ਨ ਲੜਨ ਪਹਿਲਾਂ ਤਾਂ ਜਦੋਂ ਇਲੈਕਸ਼ਨ ਲੜਨਗੇ ਪਤਾ ਲੱਗ ਜੂ ਯਾਨੀ ਕਿ ਪਲੇਅਰ ਆਪਾਂ ਕਹਿ ਸਕਦੇ ਜਦੋਂ ਮੈਦਾਨ ਦੇ ਵਿੱਚ ਉਤਰੂਗਾ ਪਤਾ ਤਾਂ ਉਦੋਂ ਲੱਗਣਾ ਕੌਣ ਜਦੋਂ ਪਲੇਅਰ ਲੀੜੇ ਲਾ ਕੇ ਮੈਦਾਨ 'ਚ ਆਉਂਦਾ ਨਾ ਜੀ ਅਤੇ ਬਰਾਗਰ ਕਬੱਡੀ ਪਾਉਣ ਵਾਲੇ ਦੇ ਸਟਾਪਰ ਖੜ੍ਹਾ ਹੁੰਦਾ ਉਦੋਂ ਪਹਿਲਾਂ ਤਾਂ ਜਦੋਂ ਢੇਰੀ 'ਤੇ ਹੱਥ ਲਾਉਂਦਾ ਅੱਧਾ ਤਾਂ ਦਿਲ ਉਦੋਂ ਧੜਕਦਾ ਫਿਰ ਜਦੋਂ ਰੇਡ ਪਾ ਕੇ ਜਦੋਂ ਅਗਲਾ ਫੜ ਲੈਂਦਾ ਤਾਂ ਉਦੋਂ ਸਾਰਾ ਕੁਛ ਹੀ ਖਤਮ ਹੋ ਜਾਂਦਾ ਮੈਂ ਗੱਲ ਕਹਿਣਾ ਵੀ ਨੁਕਤਾ ਚੀਨੀ ਛੱਡੋ ਟਾਈਮ ਲੰਘ ਗਿਆ ਸਾਡਾ ਤੁਹਾਡਾ ਆ ਗਿਆ ਤੁਸੀਂ ਸਰਪੰਚਾਂ ਨੂੰ ਚੋਰ ਕਹਿਣਾ ਛੱਡੋ ਸਰਪੰਚੀਆਂ ਲੜੋ ਅਸੀਂ ਕਹਿਣੇ ਆ ਸਹੀ ਬੰਦੇ ਦਿਓ ਤੁਹਾਡੀ ਨਾਲ ਮਦਦ ਕਰਾਂਗੇ ਸਹੀ ਬੰਦੇ ਦਿਓ ਜਿਹੜਾ ਕੈਂਡੀਡੇਟ ਉਹਦੀ ਚੋਣ ਸਹੀ ਹੋਵੇ ਅਸੀਂ ਮਦਦ ਕਰਾਂਗੇ ਫਿਰ ਤੁਸੀਂ ਕੰਮ ਕਰੋ ਫਿਰ ਤੁਹਾਨੂੰ ਅਸੀਂ ਪੁੱਛਾਂਗੇ ਵੀ ਕੰਮ ਕਿਵੇਂ ਹੁੰਦੇ ਸੱਜਣਾ ਇਹ ਗੱਲ ਤੁਸੀਂ ਦਿਲੋਂ ਕਹਿ ਰਹੇ ਹੈ ਦਿਲੋਂ ਜੀ ਦਿਲੋਂ ਮੈਂ ਆਪਦੇ ਪਿੰਡ 'ਚ ਜਦੋਂ ਸਰਕਾਰ ਇਹ ਬਣੀ ਸੀ ਉਦੋਂ ਗੱਲ ਕਹਿਤੀ ਸੀ ਮੇਰੇ ਪਿੰਡ 'ਚ ਸਹੀ ਕੈਂਡੀਡੇਟ ਦੇ ਦੇਣ ਕਾਂਗਰਸ ਕੈਂਡੀਡੇਟ ਨਹੀਂ ਦੇਊਗੀ ਮੈਂ ਕਿਸੇ ਐੱਮ ਐੱਲ ਏ ਤੋਂ ਨਹੀਂ ਸਾਡੇ ਸਾਬਕਾ ਤੋਂ ਪੁੱਛਿਆ ਕਿਸੇ ਤੋਂ ਨਹੀਂ ਕਿਉਂ ਪਿੰਡ ਦਾ ਜਿਹੜਾ ਹੁੰਦਾ ਮੰਨ ਲਓ ਆਗੂ ਹੁੰਦਾ ਜਿਹੜੀ ਪਾਰਟੀ ਦਾ ਉਹ ਆਪਦਾ ਫੈਸਲਾ ਦੇ ਸਕਦਾ ਉਹ ਆਪਦੇ ਐੱਮ ਐੱਲ ਏ ਨੂੰ ਜਾ ਕੇ ਕਹਿ ਸਕਦਾ ਜੀ ਅਸੀਂ ਆਪ ਪਾਰਟੀ ਵੱਲੋਂ ਪਿੰਡ 'ਚ ਫੈਸਲਾ ਲੈ ਲਿਆ ਸਹੀ ਕੈਂਡੀਡੇਟ ਦੇਣਗੇ ਮਦਦ ਕਰਾਂਗੇ ਜੀ ਠੋਕ ਕੇ ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਕਹਿਣੇ ਆ ਹਰੇ ਬਾਈ ਮੱਥੇ ਲੱਗਦੀ ਆ ਕੋਈ ਅੜਚਣ ਵੀ ਇਹਨਾਂ ਦੇ ਕੰਮ 'ਚ ਨਹੀਂ ਪਾਵਾਂਗੇ ਇਹ ਤਾਂ ਪਾਉਂਦੇ ਰਹੇ ਆ ਨਾ ਜੀ ਕੰਮ ਸਹੀ ਕਰਨ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੁਹਾਨੂੰ ਪਤਾ ਤੋਂ ਤੁਸੀਂ ਵੀ ਗਏ ਆ ਸਟੋਰੀ ਕੀਤੀ ਆ ਮੈਂ ਨਸ਼ੇ ਵਿਰੁੱਧ ਮੁਹਿੰਮ ਚਲਾਈ ਇਸ ਸਰਕਾਰ 'ਚ ਕਿੱਥੇ ਸਰਕਾਰ ਦਾ ਹੱਕ ਨਹੀਂ ਬਣਿਆ ਮੇਰਾ ਮੋਢਾ ਥਾਪੜੇ ਜੀ ਵੀ ਚੰਗਾ ਕੰਮ ਕਰੀ ਜਾਂਦੇ ਹਾਂ ਕਿਸੇ ਨੇ ਫੋਨ ਵਗੈਰਾ ਨਹੀਂ ਕੀਤਾ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਫੋਨ ਨਹੀਂ ਕੀਤਾ ਜੀ ਜਿਹੜੇ ਸਾਡੇ ਪਿੰਡ ਆਮ ਆਦਮੀ ਦੇ ਵਰਕਰ ਸੀ ਉਹ ਸਗੋਂ ਕਹਿੰਦੇ ਸੀ ਇਹ ਪਖੰਡ ਕਰਦਾ ਤੁਸੀਂ ਕਵਰੇਜ ਕੀਤੀ ਆਏ ਸਭ ਤੋਂ ਪਹਿਲਾਂ ਉਦੋਂ ਬਾਅਦ ਮੈਨੂੰ ਇਹ ਹੌਸਲਾ ਬੀਬੀ ਸੁਨੰਦਨ ਆਇਆ ਦਿੱਲੀ ਤੋਂ ਸਾਰੇ ਜਿਹੜੇ ਨੈਸ਼ਨਲ ਚੈਨਲ ਅੱਜ ਤੱਕ ਹੋ ਗਿਆ ਜੀ ਨਿਊਜ਼ ਹੋ ਗਿਆ ਸਾਰਿਆਂ ਨੇ ਉਹ ਨਿਊਜ਼ ਚਲਾਈ ਸਟੋਰੀਆਂ ਚਲਾਈਆਂ ਇੱਕ ਚੈਨਲ ਦੇ ਨਿਊਜ਼ 'ਤੇ ਘੱਟੋ ਘੱਟ ਥੱਲੇ ਲੱਖ ਲੱਖ ਲਾਈਕ ਕਈ ਤਾਂ ਜਿਵੇਂ ਵਿਊ ਮੈਂ ਦੇਖਿਆ ਮਿਲੀਅਨ ਵਿਊ ਮਿਲੀਅਨ ਵਿਊ ਆਏ ਪੋਜ਼ਿਟਿਵ ਕਮੈਂਟ ਆ ਰਹੇ ਸਾਰੇ ਇੱਕ ਵੀ ਕਮੈਂਟ ਮਾੜਾ ਨਹੀਂ ਆਇਆ ਜੇ ਕਿਤੇ ਜੇ ਮੇਰੀ ਇੱਕ ਪੋਸਟ 'ਤੇ ਇੱਕ ਜਿਹੜੀ ਨਿਊਜ਼ 'ਤੇ 15,000 ਕਮੈਂਟ ਆਇਆ 15,000 ਇਹੋ ਜਿਹਾ ਕਮੈਂਟ ਆਇਆ ਸੀ ਵੀ ਜਿਹੜਾ ਮੇਰਾ ਖੂਨ ਵਧਾਉਂਦਾ ਸੀ ਅਤੇ ਸਰਕਾਰ ਦਾ ਇੱਕ ਵੀ ਨੁਮਾਇੰਦਾ ਪ੍ਰਸ਼ਾਸਨ ਦਾ ਇੱਕ ਵੀ ਬੰਦਾ ਅਤੇ ਸਰਕਾਰ ਨਾ ਆਉਂਦੀ ਡੀ ਸੀ ਆ ਜਾਂਦਾ ਕਿਉਂਕਿ ਦਬਾਅ ਪਾਉਂਦੇ ਸੀ ਜਾਣਾ ਹੀ ਨਹੀਂ ਉੱਥੇ ਵੀ ਇਹ ਲਹਿਰ ਨਾ ਬਣ ਜਾਏ ਮੈਂ ਲਹਿਰ ਚਲਾਈ ਸੀ ਵੀ ਮੈਂ ਆਪਦੇ ਪਿੰਡ ਆਪਦੇ ਖਰਚੇ 'ਚ ਸੈਂਟਰ ਬਣਾਇਆ ਵੀ ਹੋਰ ਵੀ ਬਣਾਓ ਇਹਨਾਂ ਨੇ ਲਹਿਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਕਿਤੇ ਸਰਕਾਰ ਦਾ ਨੁਮਾਇੰਦਾ ਤਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਪੁੱਛਣਾ ਚਾਹੁੰਦਾ ਮੇਰੀ ਢੋਈ ਥਪਥਪਾ ਸਕਦਾ ਸੀ ਮੇਰਾ ਮੈਂ ਜੇਬ 'ਚੋਂ ਖਰਚਾ ਕੀਤਾ ਮੇਰੇ ਪਿੰਡ ਜਾ ਕੇ ਪੁੱਛ ਲਓ ਮੈਂ ਕਲੈਕਸ਼ਨ ਕਿਤੇ ਨਹੀਂ ਕੀਤੀ ਉਹਦੀ ਸਿਰਫ ਲੰਗਰ ਅਸੀਂ ਪਿੰਡ 'ਚੋਂ ਇਕੱਠਾ ਕਰਦੇ ਸੀ ਬਿਲਕੁਲ ਮੈਸੇਜ ਬਹੁਤ ਵਧੀਆ ਜਾਣਾ ਸੀ ਹੋਰ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਜੇਕਰ ਕਿਤੇ ਨਾ ਕਿਤੇ ਸਰਕਾਰ ਵੀ ਸਹਿਯੋਗ ਕਰਦੀ ਤਾਂ ਸਰਕਾਰ ਸਹਿਯੋਗ ਕਰਦੀ ਉਹ ਨਾਲ ਸਰਕਾਰ ਸਗੋਂ ਇਹ ਕਹਿੰਦੀ ਵੀ ਸਾਰੇ ਪਿੰਡਾਂ 'ਚ ਤੁਸੀਂ ਜਿਹੜੇ ਆਮ ਆਦਮੀ ਦੇ ਵਰਕਰ ਹੈ ਸਰਪੰਚਾਂ ਦੇ ਨਾਲ ਲੱਗੋ ਸਰਪੰਚ ਨਹੀਂ ਚੰਗੇ ਲੱਗਦੇ ਤੁਸੀਂ ਅੱਗੇ ਲੱਗ ਜਾਓ ਸਰ ਪੰਚਾਇਤ ਨੂੰ ਨਾਲ ਲਾ ਲਓ ਮੈਂ ਪਹਿਲਾਂ ਸਾਡੇ ਪਿੰਡ ਵਾਲੇ ਨੂੰ ਆਖਿਆ ਤੁਸੀਂ ਨਸ਼ੇ ਨੂੰ ਅੱਗੇ ਲੱਗੋ ਮੈਂ ਨਾਲ ਉਹ ਨਹੀਂ ਲੱਗੇ ਮੈਂ ਤੁਰ ਪਿਆ ਜੀ ਉਹਦੇ 'ਤੇ ਨੁਕਤਾਚੀਨੀਆਂ ਹੋਈਆਂ ਉਹਦੇ 'ਤੇ ਬਹੁਤ ਕੁਛ ਹੋਇਆ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਕਿਹਾ ਸੀ ਮੇਰੇ ਪਿੰਡ ਦੇ ਇੱਕ ਬੰਦੇ ਨੇ ਮੈਨੂੰ ਥ੍ਰੈਟ ਦਿੱਤੀ ਸੀ ਵੀ ਮਾਰ ਦਿਆਂਗੇ ਜਵਾਕ ਮਾਰ ਦਿਆਂਗੇ ਉਹ ਮੀਡੀਆ 'ਚ ਆ ਗਿਆ ਵੀ ਮੈਨੂੰ ਕੋਈ ਥ੍ਰੈਟ ਦਿੰਦਾ ਵੀ ਤੈਨੂੰ ਮਾਰ ਦਿਆਂਗੇ ਸਾਡੇ ਪਿੰਡ ਦਾ ਇੱਕ ਬੰਦਾ 50-60 ਬੰਦਿਆਂ 'ਚ ਕਹਿੰਦਾ ਸੀ ਅਤੇ ਕਿਸੇ ਨੇ ਮੀਡੀਆ 'ਚ ਆਏ ਤੋਂ ਵੀ ਮੈਨੂੰ ਪੁੱਛਣ ਨਹੀਂ ਗਿਆ ਕੋਈ ਪ੍ਰਸ਼ਾਸਨ ਦਾ ਬੰਦਾ ਕੌਣ ਸੀ ਕੌਣ ਨਹੀਂ ਸਰਕਾਰ ਦਾ ਬੰਦਾ ਵੀ ਤੂੰ ਬੜੀ ਵਧੀਆ ਨਸ਼ੇ ਦੇ ਵਿਰੁੱਧ ਮੁਹਿੰਮ ਚਲਾ ਰਿਹਾ ਮੈਂ ਹਮੇਸ਼ਾ ਕਹਿਣਾ ਹੁੰਦਾ
ਵੀ ਕਮੇਟੀਆਂ ਬਣਾਉਣੀਆਂ ਬਣਾਓ ਬਹੁਤ ਵਧੀਆ ਗੱਲ ਮੈਂ ਸਹਿਮਤ ਹਾਂ ਕਮੇਟੀਆਂ ਬਣਾ ਕੇ ਨਸ਼ੇ ਫਿਰ ਖਤਮ ਹੋਣਗੇ ਪਰ ਕਮੇਟੀ ਦਾ ਨਾਲ ਇੱਕ ਕੰਮ ਹੋਰ ਵੀ ਚਾਹੀਦਾ ਆਪਦੇ ਆਪਦੇ ਪਿੰਡ ਆਪਦੇ ਆਪਦੇ ਵਾਰਡ 'ਚ ਕੋਈ ਵੱਡੀ ਗੱਲ ਨਹੀਂ ਬਾਈ ਪਿੰਡ ਵਾਸਤੇ ਕੋਈ ਵੱਡੀ ਗੱਲ ਨਹੀਂ ਇੱਕ ਸੈਂਟਰ ਬਣਾਓ ਛੋਟਾ ਜਿਹਾ ਮੈਂ ਬਣਾਇਆ ਤੁਸੀਂ ਕਵਰੇਜ ਕੀਤੀ ਸੀ ਅਤੇ ਫਿਰ ਜਿਹੜੇ ਬੰਦੇ ਖਾਂਦੇ ਆਪਾਂ ਨੂੰ ਉੱਥੇ ਰੱਖ ਲਈਏ ਉਹਨਾਂ ਦਾ ਕੰਟਰੋਲ ਕਰ ਲਈਏ ਉਹਨੂੰ ਦਵਾਈ ਦੇ ਦਈਏ ਉਹਦੀਆਂ ਲੱਤਾਂ ਬਾਹਾਂ ਘੁੱਟ ਗਏ ਮੈਂ ਤੁਸੀਂ ਦੇਖਿਆ ਸੀ ਮੈਂ ਅਸੀਂ ਆਪ ਰਾਤ ਨੂੰ ਸਾਰੀ ਸਾਰੀ ਰਾਤ ਜਦੋਂ ਪਹਿਲਾਂ ਮੁੰਡੇ ਰੱਖੇ ਸੀ ਨਾ ਜੀ ਸਾਰੀ ਸਾਰੀ ਰਾਤ ਸਾਡੀ ਟੀਮ ਉਹਨਾਂ ਦੀਆਂ ਲੱਤਾਂ ਘੁੱਟਦੀ ਸੀ ਉਹਨਾਂ ਨੂੰ ਲੱਤੜਦੇ ਸੀ ਪਹਿਲਾਂ ਉਹਨੂੰ ਰੋਟੀ ਨਹੀਂ ਚੰਗੀ ਲੱਗਦੀ ਸੀ ਬਾਈ ਜੀ ਮੈਂ ਉਹਨਾਂ ਬੱਚਿਆਂ ਦੇ ਮੂੰਹਾਂ 'ਚ ਆਪ ਬੁਰਕੀਆਂ ਤੋੜ ਤੋੜ ਪਾਈਆਂ ਸੀ ਮੈਂ ਉਹਨਾਂ ਨੂੰ ਆਪ ਰੋਟੀ ਖਵਾਉਂਦਾ ਰਿਹਾ ਤੜਕੇ 5 ਵਜੇ ਉੱਠ ਕੇ ਕਾਫੀ ਮਿਹਨਤ ਕੀਤੀ ਹੈ ਪਰ ਲੋਕ ਤਾਂ ਤੁਹਾਡੇ ਨਾਲ ਅੱਜ ਵੀ ਖੜੇ ਹੋਣੇ ਲੋਕ ਜਿਹੜੇ ਸਾਡੇ ਪਿੰਡ 'ਚ ਉਹ ਲੋਕ ਹੈਗੇ ਆ ਜਿਹੜੇ ਸਾਰੇ ਹੁੰਦੇ ਵੀ ਜਿਹੜੇ ਨਸ਼ੇ ਦੇ ਖਿਲਾਫ ਜਾਂਦੇ ਆ ਠੀਕ ਆ ਉਦੋਂ ਸਾਰੇ ਇਸ ਗੱਲ 'ਤੇ ਇਹ ਖੁਸ਼ ਸੀਗੇ ਲੋਕ ਮੈਂ ਇੱਕ ਥੋੜ੍ਹੀ ਹੋਰ ਗੱਲ ਦੱਸਾਂ ਆ ਜਿੱਦੇ ਆਪਣੇ ਹਲਕੇ 'ਚ ਡੈਥ ਹੁੰਦੀ ਆ ਮੁੰਡੇ ਦੇ ਗੋਲੀ ਮਾਰ ਦਿੱਤੀ ਜਾਂਦੀ ਢਿੱਲਵਾਂ ਖੁਰਦ ਉਦੋਂ ਫਿਰ ਆਪਣੇ ਜ਼ਿਲ੍ਹੇ 'ਚ ਅੱਗ ਉੱਠੀ ਅਤੇ ਇੱਕ ਲੋਕ ਆਵਾਜ਼ ਮੈਨੂੰ ਲੱਗਦਾ ਟੀ ਵੀ ਇੱਕ ਮੁੰਡਾ ਜੈਤੋ ਦਾ ਚਲਾਉਂਦਾ ਕੋਈ ਹੈਗਾ ਜੀ ਉਹਨੇ ਇੱਕ ਨਿਊਜ਼ 'ਚ ਉਹ ਪੁਰਾਣੀ ਉਹ ਖਬਰ ਚੱਕ ਕੇ ਲਾਤੀ ਵੀ ਜੇ ਪੰਜਾਬ 'ਚ ਨਸ਼ਾ ਬੰਦ ਕਰਾਉਣਾ ਚਾਹੁੰਦਾ ਵੀ ਇਹ ਜੇ ਬੰਦਿਆਂ ਦੀ ਜ਼ਿੰਮੇਵਾਰੀ ਲਾਓ ਯਾਰ ਆਮ ਆਦਮੀ ਦੀ ਸਰਕਾਰ ਉਲਟ ਬੋਲਦੀ ਆ ਆਮ ਆਦਮੀ ਦੇ ਲੋਕ ਮੇਰੇ ਉਲਟ ਬੋਲਦੇ ਕਿਉਂਕਿ ਮੈਂ ਖਰਾ ਖੋਟਾ ਜਿਹਾ ਬੰਦਾ ਗਲਤ ਨੂੰ ਗਲਤ ਸਹੀ ਨੂੰ ਸਹੀ ਮੂੰਹ 'ਤੇ ਕਹਿ ਦਿੰਦਾ ਮੈਂ ਇੰਨੀ ਕੁ ਜ਼ੁਰਤ ਰੱਖਦਾ ਵੀ ਮੈਂ ਮੇਰਾ ਫਾਦਰ ਵੀ ਮੈਨੂੰ ਲੱਗੇ ਨਾ ਗਲਤ ਆ ਮੈਂ ਉਹਨੂੰ ਵੀ ਕਹਿ ਦਿੰਦਾ ਮੈਂ ਢਿੱਲੋਂ ਸਾਹਿਬ ਨਾਲ ਕੰਮ ਕੀਤਾ ਢਿੱਲੋਂ ਸਾਹਿਬ ਨੂੰ ਮੈਂ ਮੂੰਹ 'ਤੇ ਕਹਿੰਦਾ ਸੀ ਜੀ ਇਹ ਗਲਤ ਆ ਜੇ ਕਈ ਅਫਸਰ ਖਰਾਬ ਕਰਦੇ ਸੀ ਨਾ ਜੀ ਉਹ ਅਫਸਰ ਢਿੱਲੋਂ ਸਾਹਿਬ ਦਾ ਨਾਂ ਲੈ ਕੇ ਕਹਿੰਦੇ ਸੀ ਉਹਦੇ ਰਿਸ਼ਤੇਦਾਰ ਸਾਡੇ ਏ ਡੀ ਸੀ ਰਹੇ ਸੀ ਕੋਈ ਅਤੇ ਮੈਂ ਢਿੱਲੋਂ ਸਾਹਿਬ ਦੇ ਘਰ ਜਾ ਕੇ ਕਿਹਾ ਸੀ ਜਿੱਦੇ ਨਾਲ ਜਿਹੜੇ ਏ ਡੀ ਸੀ ਬਦਲਦੇ ਨਹੀਂ ਅਸੀਂ ਪੰਚਾਇਤਾਂ ਨੇ ਕੰਮ ਨਹੀਂ ਕਰਨਾ ਏ ਡੀ ਸੀ ਵਿਕਾਸ ਸੀ ਉਹ ਇਹੋ ਜਿਹੇ ਬੰਦੇ ਆ ਜੀ ਨਹੀਂ ਇਹਦਾ ਮਤਲਬ ਫਿਰ ਇਹ ਹੈਗੇ ਮੰਨ ਸਕਦੇ ਹੋ ਤੁਸੀਂ ਨਸ਼ਿਆਂ ਦੇ ਜਿਹੜੇ ਖਿਲਾਫ ਚੱਲਦੇ ਆ ਉਹਨਾਂ ਨੂੰ ਖਤਰਾ ਜਿਵੇਂ ਹੁਣ ਤੁਸੀਂ ਕਿਹਾ ਵੀ ਮੈਨੂੰ ਥ੍ਰੈਟ ਮਿਲੀ ਹੈ ਇੱਕ ਜਿਵੇਂ ਹੁਣ ਕਤਲ ਹੋ ਗਿਆ ਫਿਰ ਇਹ ਮੰਨ ਸਕਦੇ ਹੋ ਤੁਸੀਂ ਬਾਈ ਜੀ ਜ਼ਿਆਦੇ ਪਿੰਡਾਂ 'ਚ ਕੋਈ ਕਹੀ ਜਾਵੇ ਵੀ ਅਸੀਂ ਦਲੇਰੀ ਨਾਲ ਕੰਮ ਕਰੀ ਜਾਂਦੇ ਪਿੰਡਾਂ 'ਚ ਹਰ ਇੱਕ ਦਾ ਮਾਂ ਪਿਓ ਇਹ ਗੱਲ ਕਹਿੰਦਾ ਜਿਹੜਾ ਕਮੇਟੀ 'ਚ ਤੁਰਿਆ ਇਕੱਲੇ ਨੂੰ ਪੁੱਛ ਕੇ ਦੇਖ ਲਓ ਹਰ ਇੱਕ ਦਾ ਮਾਂ ਪਿਓ ਕਹਿੰਦਾ ਯਾਰ ਤੂੰ ਕੀ ਲੈਣਾ ਕਿਉਂਕਿ ਇਹਨਾਂ ਜਿਹਦੀ ਕਮਾਈ ਹੈ ਜੀ ਉਹਨਾਂ ਦੀ ਜਿਹਦੀ ਕਮਾਈ ਬੰਦ ਕਰਾਂਗੇ ਉਹ ਕੁਛ ਨਾ ਕੁਛ ਕਿਉਂਕਿ ਇਹ ਇਕੱਲਾ ਨਸ਼ੇ ਦਾ ਇੱਕ ਰੈਕਟ ਚੱਲਦਾ ਪੂਰਾ ਵੱਡਾ ਤੌਰ 'ਚ ਬਹੁਤ ਵੱਡੀਆਂ ਪਾਵਰਾਂ ਇਹਨਾਂ ਦੇ ਮਗਰ ਕੰਮ ਕਰਦੀਆਂ ਜੇ ਮੈਂ ਨਾ ਸਰਕਾਰ ਦੇ ਮੈਂ ਕਿਹਾ ਨਾਂ ਨਹੀਂ ਲੈਂਦਾ ਆਮ ਆਦਮੀ ਪਾਰਟੀ ਨੇ ਤਾਂ ਪਹਿਲਾਂ ਹੀ ਇਹ ਕਿਹਾ ਸੀਗਾ ਕਿ ਪਹਿਲਾਂ ਅਕਾਲੀ ਦਲ ਨੇ ਨਸ਼ਾ ਫੈਲਾਇਆ ਉਦੋਂ ਬਾਅਦ ਕਾਂਗਰਸ ਨੇ ਬਹੁਤ ਫੈਲਾਤਾ ਨਸ਼ਾ ਹਾਲਾਂਕਿ ਤੁਸੀਂ ਤੁਹਾਡੇ ਮੁੱਖ ਮੰਤਰੀ ਸੀਗੇ ਜਿਹੜੇ ਪਹਿਲਾਂ ਕੈਪਟਨ ਉਹਨਾਂ ਨੇ ਸਹੁੰ ਖਾਧੀ ਸੀ ਅਸੀਂ 4 ਹਫ਼ਤਿਆਂ ਦੇ ਵਿੱਚ ਜਿਹੜਾ ਇਸ ਨੂੰ ਕੰਟਰੋਲ ਕਰ ਲਾਂਗੇ ਬਾਈ ਜੀ ਬਹੁਤ ਵਧੀਆ ਸਵਾਲ ਕੀਤਾ ਜੀ ਮੁੱਖ ਮੰਤਰੀ ਨੇ ਕਿਹਾ ਸੀ ਅਸੀਂ 4 ਹਫ਼ਤਿਆਂ 'ਚ ਕੰਟਰੋਲ ਕਰ ਲਾਂਗੇ ਅਤੇ ਜਿਹੜਾ ਗੁੜਕਾ ਸਾਹਿਬ ਲੈ ਕੇ ਝੂਠੀ ਸਹੁੰ ਪਾਉਣਾ ਜੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਬੰਦਾ ਅਮਰਧਾਰੀ ਬੰਦਾ ਮੇਰੇ ਜਾਣ ਤੋਂ ਪਹਿਲਾਂ ਤੋਂ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਜਿਹੜਾ ਇਸ ਨਾਲ ਇਸ ਨੂੰ ਰਾਜਨੀਤੀ ਵਾਸਤੇ ਵਰਤੂਗਾ ਉਹਦਾ ਨੁਕਸਾਨ ਹੋਣਾ ਹੀ ਹੋਣਾ ਉਹ ਜੇ ਉਹਨੇ ਗਲਤੀ ਕੀਤੀ ਤਾਂ ਨੁਕਸਾਨ ਤੁਹਾਡੇ ਸਾਹਮਣੇ ਆ ਜੀ ਉਹਦਾ ਨੁਕਸਾਨ ਵੀ ਹੋਇਆ ਅਤੇ ਨਾਲ ਪਾਰਟੀ ਦਾ ਦੇਖੋ ਜੇ ਪਾਰਟੀ ਦਾ ਲੀਡਰ ਕੋਈ ਗਲਤੀ ਕਰੂਗਾ ਨਾ ਜੀ ਉਹ ਸਾਰਿਆਂ ਨੂੰ ਲੈ ਕੇ ਡੁੱਬੂਗਾ ਹੀ ਡੁੱਬੂਗਾ ਅਤੇ ਉਹ ਗੱਲ ਹੁਣ ਇਹ ਵੀ ਆਪਦਾ ਇਹ ਸੋਚ ਲਏ ਇਹ ਸਰਕਾਰ ਜੀ ਪਰਿਵਾਰ ਦਾ ਮੁਖੀ ਗਲਤ ਹੋਊਗਾ ਤਾਂ ਪਰਿਵਾਰ 'ਤੇ ਵੀ ਆਰੋਪਤਾ ਲੱਗਣਗੇ ਬਈ ਪਰਿਵਾਰ 'ਤੇ ਤਾਂ ਲੱਗਣੇ ਹੀ ਲੱਗਣੇ ਆ ਜੀ ਜੇ ਪਰਿਵਾਰ ਦਾ ਮੁਖੀ ਗਲਤ ਆ ਤੁਸੀਂ ਇਹ ਦੇਖ ਲਓ ਹੁਣ ਇਹ ਵੀ ਇਹ ਸੋਚ ਲੈਣ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਇਹ ਹੁਣ ਪਰਮਿੰਦਰ ਝੋਟੇ ਤੋਂ ਪੰਜਾਬ 'ਚ ਇਸ਼ੂ ਚੱਲਿਆ ਤੁਸੀਂ ਮੇਰੀ ਇਹ ਵੀਡੀਓ ਮੇਰਾ ਜਿਹੜਾ ਮੈਂ ਕੰਮ ਸ਼ੁਰੂ ਕੀਤਾ ਸੀ 6 ਮਹੀਨੇ ਪਹਿਲਾਂ ਅੱਜ ਤੋਂ ਕੀਤੀ ਬਹੁਤ ਵਧੀਆ ਮੈਸੇਜ ਗਿਆ ਲੋਕਾਂ 'ਚ ਅਤੇ ਪਰ ਸਰਕਾਰ ਨੇ ਤਾਂ ਕੋਈ ਧਿਆਨ ਨਹੀਂ ਨਾ ਦਿੱਤਾ ਜੀ ਸਰਕਾਰ ਨੇ ਤਾਂ ਇਹ ਨਹੀਂ ਨਾ ਕਿਹਾ ਵੀ ਦੱਸੋ ਸਰਪੰਚ ਨੂੰ ਵੀ ਤੁਹਾਨੂੰ ਕੀ ਸੁਵਿਧਾ ਚਾਹੀਦੀ ਹੈ ਪਿੰਡ 'ਚ ਜਾਂ ਤੁਹਾਨੂੰ ਕੀ ਸਿਕਿਉਰਿਟੀ ਚਾਹੀਦੀ ਹੈ ਅਸੀਂ ਇਹ ਜੋ ਹੁਣ ਕਮੇਟੀਆਂ ਬਣੀਆਂ ਅਸੀਂ ਪਹਿਲਾਂ ਕਰ ਚੁੱਕੇ ਹਾਂ ਕਮੇਟੀਆਂ ਬਣਾ ਕੇ ਸਾਰੀ ਸਾਰੀ ਰਾਤ ਲੋਕਾਂ ਵਾਸਤੇ ਤੁਰ ਫਿਰ ਚੁੱਕੇ ਹਾਂ ਮੈਂ ਤੁਹਾਨੂੰ ਦੱਸਿਆ ਮੇਰਾ ਮਕਸਦ ਕਮੇਟੀ ਬਣਾਉਣਾ ਨਹੀਂ ਸੀ ਮੇਰਾ ਮਕਸਦ ਨਸ਼ਾ ਬੰਦ ਕਰਨਾ ਸੀ ਨਸ਼ਾ ਬੰਦ ਕਦੋਂ ਹੋਊਗਾ ਜਿਹੜੇ ਪੀਣਗੇ ਉਹਨਾਂ ਨੂੰ ਵੀ ਆਪਾਂ ਇਲਾਜ ਕਰਾਵਾਂਗੇ ਮੈਂ ਮਜ਼ਾਕੀ ਕਲਾਂ 'ਚ ਇਲਾਜ ਕਰਾਇਆ ਆਪਦੀਆਂ ਗੱਡੀਆਂ 'ਤੇ ਲਿਆ ਕੇ ਦਵਾਈ ਦਵਾਉਂਦਾ ਰਿਹਾ ਦੇਖੋ ਜੀ ਕਿਸੇ ਦਾ 4 ਵਜੇ ਉੱਠਣ 'ਚੋਂ ਰਜਾਈ 'ਚੋਂ ਜੀ ਨਹੀਂ ਕਰਦਾ 4 ਸਾਢੇ 4 ਫਿਰ ਉੱਠਣਾ ਰਾਤ ਨੂੰ 12-1 ਵਜੇ ਪੈਣਾ ਜਿਹੜੀਆਂ ਸਿਆਲ 'ਚ ਪੰਜੀਰੀ ਜੰਮ ਜਾਂਦੀ ਹੈ ਜੀ ਗੈਸ 'ਤੇ ਉਹ ਗਰਮ ਕਰਨੀ ਚਾਹ ਬਣਾਉਣੀ ਫਿਰ ਮੁੰਡਿਆਂ ਨੂੰ ਉਠਾ ਕੇ ਉਹਨਾਂ ਮੂੰਹ ਹੱਥ ਧਵਾ ਕੇ ਉਹਨਾਂ ਨੂੰ ਖਵਾਉਣਾ ਫਿਰ ਸਤਨਾਮ ਵਾਹਿਗੁਰੂ ਕਰਾਉਣਾ ਉਹਨਾਂ ਤੋਂ ਧਰਮ ਨਾਲ ਜੋੜਨਾ ਠੀਕ ਹੈ ਫਿਰ ਉਹਨਾਂ ਦਾ ਦੁਬਾਰਾ ਅਗਲਾ ਕੰਮ ਸ਼ੁਰੂ ਕਰਦੇ ਸੀ
ये काम करने वाले बंदे हैं जी। उस मुद्दे पर आप फिर आने हैं प्रधान जी, मुख्यमंत्री पंजाब का पंचायत भंग करने तो बाद एक बड़ा बयान आया, तुम्हें सुनिया होना है, खाली थान तुम आपे भर देनी भी जो उम्मीदवार चाहवान ने सरपंची के उन्होंने वास्ते की होना चाहिए। ये जो अकाली दल की सरकार सी, इन्हों के मुख्यमंत्री ने जो मुख्यमंत्रियों ने कित ये बयान दिते हैं पहला सरपंची चोणों तो? देखो हर एक जो जी सरकार आँदी है जी, वो हर एक आप दे हिसाब नाल ये सिस्टम चलाउंदे। देखो इन्हां जिहड़ा उन्होंने बयान दिता ना जी, उन्हां दा बयान आप दे सरपंचां नूं कहना नहीं भी बई तुसी पैसे ला के सरपंच बनोगे तो दूजा ना कि उदू बाद मैं खान नहीं देना, वो क्या किनू है जी तुसी सोचो। उन्होंने कहा तो तुहानूं जानना चाहुंदे तो तू कहिंदे आ हर एक नूं चोर कहिंदे आ, वो कहिंदे आ भी लोगों च मैसेज आवे भी गुरशिंदर मजाकी गल्लां दा सरपंच बनिया सी, लवली गोले वाले बनिया सी, बलवीर दिहाती दा बनिया सी, भी ये बंदे पहलां वाले चोर आ, इन्होंने पैसे लाए सी ते कमाए आ। एक उन्होंने आपकी स्पीच कहा देखो 15 अगस्त नूं तुसी बोलदे आ उहदे च थोड़ा जिहा तां झूठ ना बोलो, तुसी कहने आ 20 लाख ला के 3 करोड़ रुपया कमाउंदे आ, वो सज्जनों पहला बलवीर टेंटे 5 साल 3 करोड़ आया, फांडे 3 करोड़ मिलिया, 20 लाख 3 करोड़ फिर लाना भी इन्हें उहदा हिसाब। मैं ताही तां कहना अगे आओ बनो सरपंच दिओ जे हिसाब पता लग जू खा सकते कि नहीं खा सकते, 3 करोड़ आया कितने आ, पर जिहड़े इन्हां दे जिहड़े मगरले झोली चुक आ उहदे ही पिंड च हाँ भी सरपंच 3 करोड़ खा गया अपने भगवंत मान ने कहा, वो 3 करोड़ दिता कि नहीं सी खाण नूं ਉਹਨਾਂ ਦਾ ਖਾਤਿਆਂ ਕੀ ਹੈ? ਖਾਤੇ ਕਿਹਨੇ ਦਿੱਤਾ ਸੀ 3 ਕਰੋੜ? ਖਾਤੇ ਔਨਲਾਈਨ ਆ, ਬਲਵੀਰ ਟੈਂਟੇ ਦਾ ਗੁਰਸ਼ਿੰਦਰ ਦਾ ਖਾਤਾ ਖੜਾ ਕੇ ਵੇਖ ਲਓ ਪੰਜਾਬ ਸਰਕਾਰ ਨੇ ਦਿੱਤੇ ਕਿੰਨੇ ਆ ਜਿਹਦੇ 'ਚ 3 ਕਰੋੜ ਖਾ ਵੀ ਗਏ ਇਹਨਾਂ ਨੇ ਤਾਂ ਸਿਰਫ ਨਹੀਂ ਸਰਕਾਰ ਨੇ ਇਹ ਤਾਂ ਨਹੀਂ ਕਿਤੇ ਤੁਹਾਡੀਆਂ ਸਰਕਾਰਾਂ ਨੇ ਤੁਹਾਨੂੰ ਖੁੱਲ੍ਹਾ ਛੱਡਿਆ ਹੋਵੇ, ਸਰਪੰਚ ਹੈ ਤੁਸੀਂ ਜੋ ਕਰੀ ਜਾਂਦਾ ਕੰਮ ਕਰਵਾਈ ਜਾਓ ਪੁੱਠੇ ਸਿੱਧੋ ਦੱਬੀਓ ਕਿੱਲੀ ਇਹ ਕੰਮ ਕਰਦੇ ਹੋ, ਚਲੋ ਆਪਾਂ ਉਹ ਖਾਤਿਆਂ ਦੀ ਗੱਲ ਛੱਡ ਦਿੰਦੇ ਹਾਂ ਦੂਜੇ ਪਾਸੇ ਹੋਵੇ ਕਿਤੇ ਹਰ ਇੱਕ ਸਰਕਾਰ ਜੀ ਕਿਉਂਕਿ ਇਹਨਾਂ ਨੇ ਤਾਂ ਕਹਿਤਾ ਵੀ ਅਸੀਂ ਕਰਪਸ਼ਨ ਹੁਣ ਨਾ ਕੀਤੀ ਹੈ ਅਤੇ ਨਾ ਹੋਣ ਦੇਣੀ ਹੈ। ਮੈਂ ਤੁਹਾਨੂੰ ਇੱਕ ਗੱਲ ਕਹਾਂ ਜੀ, ਇੱਕ ਗੱਲ ਮੈਂ ਥੋੜ੍ਹੀ ਜਿਹੀ ਕਹਿਣਾ ਚਾਹੁੰਦਾ ਮਾਨ ਸਾਹਿਬ ਨੂੰ ਵੀ, ਇਹ ਕਹਿੰਦੇ ਵੀ ਅਸੀਂ ਕਰਪਸ਼ਨ ਕੀਤੀ, ਇਹ ਸੈਕਿੰਡ ਮੈਂ ਗੱਲ ਕਰੂੰਗਾ, ਪਹਿਲਾਂ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਸਾਡੇ ਲੀਡਰਾਂ ਨੇ ਕਿਹਾ ਹੋਵੇ, ਜਿਹਨੇ MLA ਲੜਨਾ ਹੁੰਦਾ ਨਾ ਜੀ ਉਹਨੂੰ ਐਂ ਹੁੰਦਾ ਵੀ ਸਰਪੰਚ ਦਾ ਗੁਰਸ਼ਿੰਦਰ ਬਣ ਗਿਆ, ਇਹ ਤਾਂ ਅਗਲੀ ਸਰਕਾਰ 'ਚ ਗਾਹ ਨੂੰ ਗੱਲ ਆਉਣੀ ਆ, ਸਰਪੰਚ ਤਾਂ ਇਹ ਬਣ ਗਿਆ, ਜਿਹਨੇ MLA ਬਣਨਾ ਹੁੰਦਾ ਉਹ ਨਹੀਂ ਕਹੂਗਾ ਸਰਪੰਚ 1 ਰੁਪਈਆ ਵੀ ਖਾਵੇ, ਉਹ ਕਹੂਗਾ ਸਰਪੰਚ 100 ਰੁਪਈਆ ਆਇਆ ਤਾਂ ਉਦੋਂ ਮਿਹਨਤ ਕਰਕੇ ਉਦੋਂ 125 ਦਾ ਕੰਮ ਲਵੇ, ਵੀ 125 ਦਾ ਕੰਮ ਲਊ ਤਾਂ ਜਦੋਂ MLA ਦੀਆਂ ਵੋਟਾਂ ਆਉਣਗੀਆਂ ਵੋਟਾਂ ਪੈਣਗੀਆਂ, MLA ਕਿਉਂ ਕਹੂਗਾ ਜੀ ਖਾਵੇ? MLA ਕਦੇ ਨਹੀਂ ਕਹੂਗਾ, MLA ਦਾ ਸਰਪੰਚ ਨੂੰ ਚੰਡ ਕੇ ਰੱਖੂਗਾ ਬਈ ਕੰਮ ਕਰ। ਕਿਉਂ ਬਿਆਨ ਕਿਉਂ ਦੇਣਾ ਪੈ ਗਿਆ ਮੁੱਖ ਮੰਤਰੀ ਪੰਜਾਬ ਨੂੰ? ਅਕਸਰ ਉਹਨਾਂ ਕੋਲ ਗੱਲ ਪਹੁੰਚੀ ਹੋਈ ਤਾਂ ਹੀ ਦਿੱਤਾ, ਕਿਉਂਕਿ ਉਹਨਾਂ ਨੇ ਕਿਹਾ ਕਿ ਇਹ 2 ਪਾਰਟੀਆਂ ਹੀ ਆ ਜਿਹੜੀਆਂ ਲੰਬਾ ਸਮੇਂ ਤੋਂ 70 ਸਾਲ ਤੋਂ, ਇੱਕ ਆ ਗਈ ਦੂਜੀ ਜਾਵੜੀ, ਇੱਕ ਆ ਗਈ ਦੂਜੀ ਜਾਵੜੀ, ਇਹ ਆਪਦੇ ਤਰੀਕੇ ਨਾਲ ਚੱਲੀ ਜਾਂਦੇ ਸੀਗੇ। ਮੈਂ ਮਾਨ ਸਾਹਿਬ ਨੂੰ ਇਹ ਗੱਲ ਕਹਿਣਾ ਵੀ ਉਹਨਾਂ ਨੇ ਬਿਆਨ ਦਿੱਤਾ ਜੀ, ਬਿਆਨ ਤਾਂ ਜਿਹੜੇ ਉਹ ਦਿੰਦੇ ਆ 100 ਚੋਂ 99 ਬਿਆਨ ਤਾਂ ਜੀ ਸਤਿ ਸ਼੍ਰੀ ਅਕਾਲ ਵਾਲੇ ਹੁੰਦੇ, ਉਹ ਤਾਂ ਕੁਛ ਇਹਨੂੰ ਵੀ ਕਹਿ ਸਕਦੇ ਕਰਪਟ ਆ, ਉਹ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਖੜ੍ਹਾ ਤੁਹਾਡੇ ਮਾਧਿਅਮ ਰਾਹੀਂ, ਕੱਲ੍ਹ ਨੂੰ ਫਿਰ ਮੇਰਾ ਰਿਕਾਰਡ ਚੱਕਣਗੇ, ਨਾ ਚੱਕਿਆ ਤਾਂ ਮੈਂ ਤੁਹਾਡੇ ਮਾਂ ਤੁਹਾਨੂੰ ਬੁਲਾਊਂ ਜ਼ਰੂਰ, ਆਖਣਗੇ ਬੋਲਿਆ ਸੀ, ਮੈਂ ਤੁਹਾਨੂੰ ਬੁਲਾਊਂ ਜ਼ਰੂਰ। ਮੈਂ ਤੁਹਾਨੂੰ ਦੱਸਿਆ ਵੀ ਸੈਂਟਰ ਸਰਕਾਰ 'ਚ ਜੇ ਹੋਮ ਇੰਡਸਟਰੀ ਸੈਂਟਰ ਸਰਕਾਰ ਦੀ ਇੱਕ ਚੈੱਕ ਹੁੰਦੀ ਹੈ, ਉਦੋਂ ਉੱਤੇ ਤਾਂ ਇੰਡੀਆ 'ਚ ਕੋਈ ਸ਼ਿਕਾਇਤ ਵਾਲਾ ਸਥਾਨ ਹੀ ਰਹਿ ਗਿਆ ਜੀ, ਹੋਮ ਇੰਡਸਟਰੀ ਸੈਂਟਰ ਸਰਕਾਰ ਸ਼ਿਕਾਇਤ ਹੋਵੇ ਮਚਾਕੀ ਕਲਾਂ ਦੀ, ਉਹਦੇ 'ਚ ਐਂ ਕਲੀਨ ਹੋ ਕੇ ਨਿਕਲਾਂ, ਉਦੋਂ ਬਾਅਦ ਮੈਨੂੰ ਨੈਸ਼ਨਲ ਅਵਾਰਡ ਮਿਲੇ, ਉਦੋਂ ਬਾਅਦ 2022 'ਚ ਇਹਨਾਂ ਦੀ ਸਰਕਾਰ ਆ ਗਈ ਆਮ ਆਦਮੀ ਦੀ, ਇਹਨਾਂ ਨੇ ਚੈਕਿੰਗ ਕਰਾ ਲਈ, ਉਹਦੇ 'ਚ ਮੈਂ ਕਲੀਨ ਹੋ ਕੇ ਨਿਕਲਿਆ, ਮੇਰੇ ਹੱਕ ਜੇ ਤੁਸੀਂ ਮੈਨੂੰ ਪਹਿਲਾਂ ਕਹਿੰਦੇ ਮੈਂ ਲੈ ਕੇ ਆਉਂਦਾ ਜੀ ਰਿਪੋਰਟਾਂ ਜਿਹੜੀਆਂ ਮੈਂ RT ਪਾ ਕੇ ਉਹ ਤੋਂ ਬਾਅਦ ਲਈਆਂ ਹੋਈਆਂ, ਜੇ ਮੈਂ ਚੋਰ ਹੁੰਦਾ ਇਹਨਾਂ ਨੇ ਆਪਦੀ ਸਰਕਾਰ 'ਚ ਮੇਰੀ ਮਿਹਨਤੀਆਂ ਕਰਾ ਲਈਆਂ, ਸਾਰਾ ਕੁਛ ਕਰਾ ਲਿਆ, ਚੈਕਿੰਗ ਕਰਾ ਲਈ, ਇਹਨਾਂ ਨੇ ਅਫਸਰਾਂ ਨੂੰ ਵੀ ਕਿਹਾ, ਪਰ ਅਫਸਰਾਂ ਨੂੰ ਮੈਂ ਗੱਲ ਕਿਹਾ ਸੀ ਜੇ ਮੇਰੇ 'ਚ ਨੁਕਸ ਨਿਕਲਿਆ ਤਾਂ ਕੱਢ ਦਿਓ ਜੇ ਕੋਈ ਚੱਕਰ ਨਹੀਂ। ਪ੍ਰਧਾਨ ਜੀ ਹੁਣ ਆਪਾਂ ਲਾਸਟ ਸਵਾਲ ਹੈ ਸਰਕਾਰ ਨੂੰ, ਕੀ ਤੁਸੀਂ ਆਪਦੇ ਵੱਲੋਂ ਅਪੀਲ ਕਰਨੀ ਚਾਹੁੰਦੇ ਹੋ? ਕਿਉਂਕਿ ਹਜੇ 4 ਮਹੀਨੇ ਦੇ ਕਰੀਬ ਦਾ ਸਮਾਂ ਪਿਆ ਵੀ 4 ਮਹੀਨੇ ਜਿਹੜੇ ਤੁਸੀਂ ਹੁਣ ਕਹਿਤਾ ਵੀ ਪ੍ਰਬੰਧਕ ਲਾਉਣਗੇ ਉਹ ਇੱਕ ਲਾਉਣਗੇ, ਉਹਨਾਂ ਤੱਕ ਵੀ ਲੋਕਾਂ ਤੋਂ ਪਹੁੰਚ ਨਹੀਂ ਹੋਣੀ, ਲੋਕ ਖੱਜਲ ਖੁਆਰ ਹੋਣਗੇ, ਤੁਹਾਡੇ ਵੱਲੋਂ ਅਪੀਲ ਕੀ ਤੁਸੀਂ ਕਰਨੀ ਚਾਹੁੰਦੇ ਹੋ? ਤੁਸੀਂ ਆਪਦਾ ਛੱਡ ਦਿਓ ਵੀ ਸਾਡੀ ਸਰਪੰਚੀ ਖੁੱਸ ਗਈ ਤਾਂ ਖੁੱਸ ਗਈ, ਪਰ ਉਹਨਾਂ ਜਿਹੜੇ ਲੋਕ ਹੈ ਪਿੰਡ ਦੇ ਜਿਹੜੇ ਸ਼ਹਿਰ ਕਈ ਵਾਰੀ ਜਾ ਹੀ ਨਹੀਂ ਸਕਦੇ ਗੇ, ਉਹਨਾਂ ਨੂੰ ਪਤਾ ਹੀ ਨਹੀਂ ਦਫ਼ਤਰ ਕਿੱਥੇ, ਪ੍ਰਬੰਧਕ ਕਿੱਥੇ ਹੈ, ਉਹਨਾਂ ਬਾਰੇ ਸਰਕਾਰ ਕੀ ਸੋਚੇ?
मैं एक तुहाडे माध्यम राही दसना चाहना भी आप फरीदकोट दे ब्लाक की गल कर ला। मैं इतों को एग्जाम्पल देनी होंगी है फरीदकोट ब्लाक तो सब तो एंड वाला पिंड है जी इतने दीप सिंह वो इतों 32-33 किलोमीटर है परले पासे पिंड आ जाता किली वो इतों 45 किलोमीटर पिंड है। जे इन्नी वाटो बंदे ने चल के प्रबंधक लभन आना मुख्यमंत्री साहब वो ठीक है कि पिंड जिहड़े चली जांदा काम सरपंच है कि वह ठीक है। तुसी मैं मुख्यमंत्री साहब नूं एक गल कहना चाहुंदा भी जे तुहाडे पौने दो साल च कोई सरपंचां ने घपला नहीं किया वो जिहड़े जिहड़े गरीब बंदे जां आम बंदा पिंडां च बैठा उन्हां नूं आपदे सिर्फ आपदे जिहड़े झोली चुक जां जां आपदे बंदिआं नूं अगे लिआउण वास्ते उन्हां नूं हरास ना करो। तुसी जिद्दे चोण जाबता लाउणा उहदे पचेता भंग कर दिओ जे असल कानून तो यही है ना जी जिदे चोण जाबता लगे उदे पचेता भंग होनी है उदे पचेता भंग हो जाएंगे लोग इलैक्शन लग जाएंगे जिहड़े 25-30 दिन दिन होणगे लोग उन्ना चिर आपदा काम धंधे सार लैंदे जी उहदे दफ्तरां च वी कोड लग्गिया हुंदा काम नहीं होना हुंदा जां तां फिर तुसीं कोड ऑफ कंडक्ट ही ला दिओ काम ही ना होवे जी। क्यों वा जिहड़े बंदे इत्थों 45 किलोमीटर बैठे इस ब्लाक तों उहनूं हरास करन वास्ते भी आपां ये कानून आपां पचेता भंग करती हां ਤੁਸੀਂ ਬੈਂਕਾਂ ਨੂੰ ਚਿੱਠੀਆਂ ਕੱਢਦੇ ਆ ਵੀ ਪੈਸੇ ਨਹੀਂ ਦੇਣੇ ਉਮੀਦ ਹੈਗੀ ਤੁਹਾਨੂੰ ਦਸੰਬਰ ਦੇ ਵਿੱਚ ਚੋਣਾਂ ਹੋ ਜਾਣਗੀਆਂ ਨਾ ਜੀ ਨਾ ਦੇਖੋ ਮੈਂ ਕੱਲ੍ਹ ਹੀ ਬੈਠਾ ਪੜ੍ਹਿਆ ਲਿਖਿਆ ਤੁਹਾਨੂੰ ਮੈਂ ਦੱਸਿਆ ਮੈਂ ਐਡਵੋਕੇਟ ਹਾਂ ਕੱਲ੍ਹ ਮੈਂ ਪੋਰਟਲ ਖੋਲ੍ਹਿਆ ਸੀ ਚੋਣ ਕਮਿਸ਼ਨ ਪੰਜਾਬ ਸਰ ਦਾ ਪੋਰਟਲ 'ਤੇ ਚੋਣ ਕਮਿਸ਼ਨ ਵੱਲੋਂ ਲਿਖਿਆ ਗਿਆ ਵੀ ਅਸੀਂ ਜਿਹੜੀਆਂ ਵੋਟਰ ਲਿਸਟਾਂ ਪੰਚਾਇਤਾਂ ਦੀਆਂ ਛਪਣੀਆਂ ਉਹ ਵੋਟਰ ਲਿਸਟਾਂ ਪੰਚਾਇਤਾਂ ਦੀਆਂ ਮਿਡ ਜਨਵਰੀ ਤੋਂ ਪਹਿਲਾਂ ਛਾਪ ਨਹੀਂ ਸਕਦੇ ਪੋਰਟਲ 'ਤੇ ਪੜ੍ਹ ਲਓ ਜੀ ਜੇ ਮਿਡ ਜਨਵਰੀ ਤੋਂ ਪਹਿਲਾਂ ਵੋਟ ਲਿਸਟਾਂ ਹੀ ਨਹੀਂ ਛਪਣੀਆਂ ਜੀ ਜੇ ਮਿਡ ਜਨਵਰੀ ਤੋਂ ਪਹਿਲਾਂ ਵੋਟ ਲਿਸਟਾਂ ਛਪਣਗੀਆਂ ਤਾਂ ਉਦੋਂ ਪਹਿਲਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਆਉਣਗੇ ਉਦੋਂ ਬਾਅਦ ਇੱਕ ਮਹੀਨਾ ਬਾਅਦ ਪੰਚਾਇਤਾਂ ਦੇ ਆਉਣਗੇ ਤੁਸੀਂ ਆਪ ਹੀ ਦੇਖ ਲਓ ਜੇ 15 ਜਨਵਰੀ ਤੱਕ ਵੋਟ ਲਿਸਟਾਂ ਛਪਣੀਆਂ ਅਤੇ ਫਿਰ ਮਹਿਕਮੇ ਦੇ ਦਫ਼ਤਰਾਂ 'ਚ ਜਾਣੀਆਂ ਅਤੇ ਫਿਰ ਉਦੋਂ ਕੋ ਜੇ ਜਨਵਰੀ ਤਾਂ ਲੰਘ ਗਈ ਜੇ ਜਨਵਰੀ ਐਂ ਲੰਘੂਗੀ ਤਾਂ 15 ਜਾਂ 20 ਫਰਵਰੀ ਤੱਕ ਬਲਾਕ ਸੰਧੂ ਜ਼ਿਲ੍ਹਾ ਭੇਜਦੇ ਆਉਣਗੇ ਅਤੇ ਉਦੋਂ ਬਾਅਦ ਮਹੀਨਾ ਬਾਅਦ ਫਿਰ ਜੀ ਯਾਨੀ ਕਿ ਤੁਹਾਡੇ ਮੰਨ ਸਕਦੇ ਹੋ ਤੁਸੀਂ 4 ਮਹੀਨੇ ਨਹੀਂ ਜ਼ਿਆਦਾ ਟਾਈਮ ਵੀ ਲੋਕਾਂ ਨੂੰ ਜਿਹੜੇ ਖੱਜਲ ਖਾਰ ਹੋ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਜੀ ਜਨਵਰੀ ਆਪਣਾ 2024 ਤੋਂ ਇਲੈਕਸ਼ਨ ਜਾਣਾ ਜੀ 2024 ਤੋਂ ਪਹਿਲਾਂ ਇਲੈਕਸ਼ਨ ਨਹੀਂ ਹੋ ਸਕਦਾ। ਇੱਕ ਗੱਲ ਮੈਂ ਛੋਟੀ ਜਿਹੀ ਹੋਰ ਦੱਸਣਾ ਚਾਹੁੰਦਾ ਜੀ ਦੇਖੋ ਸਰਪੰਚਾਂ ਨੂੰ ਚੋਰ ਕਹਿਣਾ ਅਤੇ ਸਰਪੰਚਾਂ ਨੂੰ ਕਹਿਣਾ ਸਰਬ ਸੰਮਤੀਆਂ ਕਰੋ 5 ਲੱਖ ਦੇਵਾਂਗੇ ਤੁਸੀਂ ਇਹ ਮਾਨ ਸਾਹਿਬ ਦੀ ਇੱਕ ਵੀਡੀਓ ਦੇਖੀ ਹੋਣੀ ਹੈ 2018 ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਮੈਂ ਸੰਗਰੂਰ ਦਾ MP ਹਾਂ ਜਿਹੜਾ ਸੰਗਰੂਰ 'ਚ ਸਰਬਸੰਮਤੀ ਨਾਲ ਪੰਚਾਇਤ ਚੁਣੂਗਾ ਕਿਸੇ ਵੀ ਪਾਰਟੀ ਦੀ ਹੋਵੇ ਉਹਨੂੰ ਮੈਂ ਆਪਦੇ ਨਿੱਜੀ ਫੰਡ 'ਚੋਂ 2 ਲੱਖ ਰੁਪਈਆ ਦੇਊਂ ਉਸ ਪੰਚਾਇਤ ਨੂੰ ਇਹ ਆਪਦਾ ਰਿਕਾਰਡ ਚੱਕ ਲੈਣ ਖਾਂ ਜੀ। ਇਸ ਬਿਆਨ ਦੇ ਵਿੱਚ ਵੀ ਇਹਨਾਂ ਨੇ ਗੱਲ ਕੀਤੀ ਹੈ ਵੀ ਮੈਂ ਤਾਂ ਇਹ ਕਹਿੰਦਾ ਵੀ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਣ ਉਹੀ ਤਾਂ ਮੈਂ ਕਹਿਣਾ ਇਹ ਕਹਿੰਦੇ ਵੀ ਇਹ ਸਰਬਸੰਮਤੀ ਨਾਲ ਪੰਚਾਇਤਾਂ ਬਣਾਓ ਮੈਂ 5 ਲੱਖ ਦੇਊਂਗਾ ਉਹ ਪਹਿਲਾਂ ਭਾਈ ਜੀ 2018 ਵਾਲੀ ਜਿਹੜੀ ਤੁਸੀਂ ਕਿਹਾ ਸੀ MP ਸੀ ਸੰਗਰੂਰ ਦੇ ਤੁਸੀਂ ਕਿਹਾ ਸੀ ਸੰਗਰੂਰ ਜੇ ਲੋਕ ਸਭਾ ਹਲਕੇ 'ਚ 9 ਵਿਧਾਨ ਸਭਾ ਹਲਕੇ ਆਉਂਦੇ ਆ ਤੁਸੀਂ ਕਿਹਾ ਸੀ ਜੇ ਬੇ ਸੰਗਰੂਰ 'ਚ ਕੋਈ ਵੀ ਪੰਚਾਇਤ ਸਰਬਸੰਮਤੀ ਨਾਲ ਬਣਦੀ ਆ ਮੈਂ ਆਪਦੇ ਅਖਤਿਆਰੀ ਕੋਟੇ 'ਚੋਂ MP ਕੋਟੇ 'ਚੋਂ 2 ਲੱਖ ਰੁਪਈਆ ਦਿਉਂ ਖਬਰਾਂ ਦਿੱਤੇ ਹੁਣ ਮੈਂ ਨਾ ਇੱਕ ਦੱਸ ਦੇਣ ਦਿੱਤੇ ਹੁੰਦੇ ਤਾਂ ਇਹਨਾਂ ਨੇ ਕਾਗਜ਼ ਕੱਢ ਕੇ ਆ ਮੈਂ ਦਿੱਤੇ ਸੀ ਜੀ ਸੰਗਰੂਰ 'ਚ ਹੁਣ ਮੈਂ ਪੰਜਾਬ 'ਚ ਦਿਉਂ ਦਿੱਤੇ ਹੁੰਦੇ ਤਾਂ ਇਹਨਾਂ ਨੇ ਲਿਆਉਣਾ ਸੀ ਇਹ ਤਾਂ ਦੇਖੋ ਇੱਕ ਇਹਨਾਂ ਨੇ ਮੈਂ ਹੋਰ ਹੱਸੋ ਨਹੀਂ ਗੱਲ ਇਸ ਵਿਸ਼ੇ ਨਾਲ ਨਹੀਂ ਮੈਂ ਇੱਕ ਗੱਲ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੇ 15 ਅਗਸਤ ਵਾਲੇ ਦਿਨ ਗੱਲ ਕਹੀ ਉਹ ਸ਼ੋਭਾ ਨਹੀਂ ਦਿੰਦੀ ਮੁੱਖ ਮੰਤਰੀ ਪੰਜਾਬ ਨੂੰ ਇਹੋ ਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜਿਹੜੀ ਇਹਨਾਂ ਨੇ ਕਿਹਾ ਇਹ ਕਹਿੰਦੇ ਪੰਜਾਬ 'ਚ ਜੇ ਪਿੰਡਾਂ 'ਚ ਬੰਦਾ 50-52 ਸਾਲ ਦਾ ਹੋ ਕੇ ਮਰਦਾ ਤਾਂ ਲੋਕ ਲੱਡੂ ਵੰਡਦੇ ਆ ਤੁਸੀਂ ਸੁਣੀ ਹੋਊਗੀ ਜੀ ਪੱਤਰਕਾਰਾਂ ਨੇ ਪੰਜਾਬ 'ਚ ਸਾਰਿਆਂ ਨੇ ਸੁਣੀਆਂ ਜੇ 50-52 ਸਾਲ ਦਾ ਬੰਦਾ ਹੋ ਕੇ ਪਿੰਡਾਂ 'ਚ ਮਰਦਾ ਲੋਕ ਲੱਡੂ ਵੰਡਦੇ ਆ ਜੀ ਅਤੇ ਆਹ ਮਾੜੀ ਗੱਲ ਆ ਜਿਹਦਾ 52 ਸਾਲ ਦਾ ਜਾਂਦਾ ਨਾ ਜੀ ਮਾਨ ਸਾਹਿਬ ਉਹ ਤੋਂ ਪੁੱਛਣ ਜਾ ਕੇ ਲੱਡੂ ਵੰਡਦਾ ਕਹਿੰਦਾ ਵੀ ਲੋਕ ਤਾਂ ਖੁਸ਼ੀ ਹੁੰਦੇ ਵੀ ਸਾਡਾ 52 ਸਾਲ ਦਾ ਹੋ ਕੇ ਮਰਿਆ ਵੀ ਬਹੁਤ ਕਹਿੰਦੇ ਵੀ ਵੱਡਾ ਕਰਦੇ ਹਾਂ ਅਸੀਂ ਵੱਡਾ ਕਰਦੇ ਹਾਂ ਕਿਹੜੇ ਪਿੰਡ 'ਚ 52 ਸਾਲ ਦੇ ਮੈਨੂੰ ਅੱਜ ਮਾਨ ਸਾਹਿਬ ਦੱਸਣ ਰਿਕਾਰਡ ਪੇਸ਼ ਕਰਦੇ ਨੇ ਮਾਨ ਸਾਹਿਬ ਵੀ 52 ਸਾਲ ਦਾ ਬੰਦਾ ਇਹਨੇ ਲੱਡੂ ਵੰਡੇ ਸੀ ਕਿਸੇ ਪਿੰਡ 'ਚ ਅਤੇ ਇਹ ਜਿਹੀਆਂ ਗੱਲਾਂ ਤਾਂ ਮੁੱਖ ਮੰਤਰੀ ਪੰਜਾਬ ਨੂੰ ਇਹ ਮੂੰਹ 'ਚੋਂ ਸੌਂਦੀਆਂ ਨਹੀਂ ਇਹ ਜਿਹੀਆਂ ਗੱਲਾਂ ਕਰਨ ਵੀ ਪੰਜਾਬ ਮੈਂ ਪੰਜਾਬ ਬਚਾ ਰਿਹਾ ਤੁਸੀਂ ਦੱਸ ਦਿਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਕਹਿੰਦੇ ਨਸ਼ੇ ਕਰਕੇ 52 ਸਾਲ ਦੇ ਉਹ ਮਰੀ ਜਾਂਦੇ ਆ ਅਸੀਂ ਬਚਾਵਾਂਗੇ 2.5 ਸਾਲ 'ਚ ਕੀ ਬਚਾਏ ਇਹ ਸਰਕਾਰ 'ਚ ਮੈਂ ਆਪਦਾ ਚਲਾਇਆ ਸੈਂਟਰ ਚਲਾਇਆ ਇਹ ਕਹਿੰਦੇ ਅਸੀਂ ਸੈਂਟਰ ਚਲਾਉਣੇ ਆ ਮੈਂ ਚਲਾਇਆ ਸੈਂਟਰ
आपके खर्चे ते चलाया, मैं इन्हां तो पैसा नहीं मंगया। पर किते तां इह 15 अगस्त वाले दिन कह सकदे सी उह लियाओ सेंटर वाला बंदा नूं सन्मानित करके एक सर्टिफिकेट दे सकदे सी कि नहीं, तो तुहाडे माध्यम राहीं पुछदा कि उह दे सकदे सी। पर मैं कांग्रसी सी, आम आदमी नूं नहीं चंगा लग्या ते नहीं देना सी, ते जिन्हां नूं इन्हां ने दित्ते आ सर्टिफिकेट उन्हां नूं सुमंडने रहण। तुहाडियां जिहड़ियां कांग्रेस ते अकाली दल दीआं सरकारां वल्लों एड्डी वड्डी जिहड़ा पूरे पंजाब दे विच रीत इह नशे दी पाई आ, उहनूं हौली हौली उह तां कहिंदे असीं हौली हौली उहनूं समेटांगे, एड्डी छेती खतम किवें कर दईए। मैं तुहाडे नाल सहमत हां जी, मैं कदे वी बोलदा मेरे दिल चों मेरे ढिड चों पार्टीबाजी नाल हो के गल नहीं निकलदी जी। देखो तुसी मेरे एक होर स्टोरी की है, पिंडां च लोक ना जी नाल दे दी वट वड़दे, लड़ाइयां होंदियां, बंदे मरदे। मैं कोविड दा हटाया सी, तुसी गए सी उदों अपने कोविड च प्राइवेट ऑक्सीजन वास्ते प्लांट लोगों ने डिमांड की सी, उदों मैं सोचा सी। तो ए डी सी मैडम ने रोही दुग ने कहा भी अपना 50 साल हो रहा जिला तो आप जंगल लाने, मेरे पिंड विच इहदी जमीन है नहीं सी। ਤੁਸੀਂ ਸਟੋਰੀ ਕੀਤੀ ਹੈ ਨਾ ਜੀ, ਮੈਂ ਇਹੋ ਜਿਹਾ ਸਰਪੰਚ ਹਾਂ, ਤੁਸੀਂ ਜ਼ਮੀਨ ਦਿੱਤੀ ਹੈ ਨਾਲ ਆਪਦੀ ਚਾਰ ਕਨਾਲਾਂ ਜ਼ਮੀਨ 'ਚ ਮੈਂ ਮਿੰਨੀ ਜੰਗਲ ਲਾਇਆ ਅਤੇ ਉਹ ਬਰਕਰਾਰ ਆ ਜੀ। ਤੁਹਾਡੀ ਮੈਂ ਦੁਬਾਰਾ ਕਿੱਦਾਂ ਸਟੋਰੀ ਕਰਾਉਣੀ ਆ, ਹੁਣ ਕਿਹਾ ਸਾਲ ਤੋਂ ਉੱਤੇ ਹੋ ਗਿਆ, ਆਪਾਂ 6 ਜੂਨ ਨੂੰ ਤੁਸੀਂ ਗਏ ਸੀ, ਆ ਸਾਲ ਤੋਂ ਉੱਤੇ ਹੋ ਗਿਆ। ਮੈਂ ਤੁਹਾਨੂੰ ਉਹ ਦਿਖਾਉਣਾ ਵੀ ਮੈਂ ਉਹ ਨਾਂ ਨੂੰ ਜੰਗਲ ਨਹੀਂ ਲਾਇਆ ਸੀ, ਮੈਂ ਕੁਦਰਤ ਨੂੰ ਸਮਰਪਿਤ ਬੰਦਾ, ਮੈਂ ਕਿਸੇ ਸਰਕਾਰ ਦੇ ਮੇਰੇ ਦਿਮਾਗ ਨੂੰ ਨਹੀਂ ਚੜ੍ਹਦੀ, ਮੇਰੇ ਕੋਈ ਪਾਰਟੀ ਮੇਰੇ ਦਿਮਾਗ ਨੂੰ ਨਹੀਂ ਚੜ੍ਹਦੀ। ਜੇ ਕੋਈ ਪਾਰਟੀ ਵਾਲਾ ਗਲਤ ਬੋਲਦਾ ਮੈਂ ਉਹਦੀ ਅੱਖ ਚੱਕ ਗੱਲ ਪਾ ਕੇ ਗੱਲ ਕਰਦਾ ਵੀ ਤੂੰ ਇੱਥੇ ਗਲਤ ਹੈ। ਜੇ ਠੀਕ ਹੈ ਕਾਂਗਰਸ ਅਕਾਲੀ ਦਲ 'ਚ ਨਸ਼ਾ ਸੀ ਅਤੇ ਅਕਾਲੀ ਦਲ ਨੂੰ ਨੁਕਸਾਨ ਭੁਗਤਣਾ ਪਿਆ, ਕਾਂਗਰਸ 'ਚ ਨਹੀਂ ਰੁਕਿਆ, ਮੁੱਖ ਮੰਤਰੀ ਨੇ ਸਹੁੰ ਪਾਈ ਸੀ ਉਹਨੂੰ ਭੁਗਤਣਾ ਪਿਆ ਖਮਾਜਾ, ਅਤੇ ਇਹਨਾਂ ਨੇ ਦੇਖੋ ਸਰਕਾਰ 'ਚ ਮੈਂ ਆਪਦੇ ਪਿੰਡ 'ਚ 4 ਮਹੀਨਿਆਂ 'ਚ ਬਾਈ ਜੀ ਮਚਾਕੀ ਕਲਾਂ 'ਚ ਪੱਤਾ ਨਹੀਂ ਝੁੱਲਦਾ ਸੀ ਨਸ਼ੇ ਵਾਲੇ ਦਾ, ਪੱਤਾ ਸਿੰਗਲ ਵੀ ਪੱਤਾ। ਜੇ ਇੱਕ ਸਰਪੰਚ ਆਪਦੇ ਪਿੰਡ 'ਚ 4 ਮਹੀਨੇ 'ਚ ਜਮ੍ਹਾਂ ਸਾਫ਼ ਕਰ ਦਿੰਦਾ, ਪੀਣ ਵਾਲੇ ਵੀ ਖਤਮ ਕਰ ਦਿੰਦਾ ਉਹਨੂੰ ਇਲਾਜ ਕਰਾ ਕੇ, ਅਤੇ ਸਰਕਾਰ ਕੋਲ ਤਾਂ ਪੈਸਾ ਸਰਕਾਰ ਦਾ ਜੀ, ਉੱਥੇ ਸਰਪੰਚ ਨੇ ਆਪਦੀ ਜੇਬ 'ਚੋਂ ਲਾਇਆ ਸੀ, ਅਤੇ ਸਰਕਾਰ ਨਹੀਂ ਕਰ ਸਕਦੀ ਜੀ। 1.5-2 ਸਾਲ ਹੋ ਗਏ ਕਹਿੰਦਾ ਵੀ ਹੁਣ 15 ਅਗਸਤ ਨੂੰ ਕਹਿਤਾ ਵੀ ਅਗਲੀ 15 ਅਗਸਤ ਤੱਕ ਮੈਂ ਨਸ਼ਾ ਖਤਮ ਕਰੂੰਗਾ, ਸਰਕਾਰ ਸਾਲ ਟਾਈਮ ਲੈਂਦੀ ਹੁੰਦੀ ਹੈ ਜੀ, ਸਾਲ ਹੋਰ ਮਾਰਨੇ ਆ, ਲੋਕ ਹੋਰ ਬੱਚੇ ਮਾਰਨੇ ਆ, ਹੋਰ ਸ਼ੂਟ ਕਰਾਉਣੇ ਆ ਜੀ। ਮੈਂ ਕਹਿੰਦੇ ਆ ਜੀ ਕਮੇਟੀਆਂ ਦਾ ਸਾਥ ਸਰਕਾਰ ਦੇ ਦੇਖਾਂ ਨਾ, ਕਮੇਟੀਆਂ ਜੇ ਇੱਕ ਵੇਵ ਚੱਲ ਪਈ ਕਮੇਟੀਆਂ ਵਾਲੀ ਤਾਂ ਪੰਚਾਇਤਾਂ ਭੰਗ ਕਰਤੀਆਂ, ਕਿਉਂਕਿ ਤੁਹਾਨੂੰ ਯਾਦ ਹੋਣਾ ਆਪਣੇ ਫਰੀਦਕੋਟ ਵਾਲੇ SSP ਨੇ ਕਿਹਾ ਸੀ ਜੇ ਕਮੇਟੀ ਬਣਾਉਣੀ ਆ ਨਾ ਜੀ ਇੱਕ ਪੰਚਾਇਤ ਦਾ ਨੁਮਾਇੰਦਾ ਉਸ ਕਮੇਟੀ 'ਚ ਹੋਣਾ ਚਾਹੀਦਾ, ਕਿਹਾ ਸੀ ਨਾ ਜੀ, ਤੁਸੀਂ ਵੀ ਚਲਾਈ ਹੋਣੀ ਆ। ਅਤੇ ਜਦੋਂ ਇਹਨੇ ਸਰਕਾਰ ਨੂੰ ਪਤਾ ਲੱਗਿਆ ਵੀ ਅਫਸਰ ਕਹਿਣ ਲੱਗ ਗਏ ਕਮੇਟੀਆਂ 'ਚ ਪੰਚਾਇਤ ਦੇ ਨੁਮਾਇੰਦੇ ਆਉਣਗੇ, ਅਤੇ ਇਹਨਾਂ ਨੇ ਪੰਚਾਇਤਾਂ ਹੀ ਵੀ ਇਹਨਾਂ ਨੂੰ ਤਾਂ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ, ਬੜੀਆਂ ਵਧੀਆ ਗੱਲਾਂ ਦੱਸੀਆਂ, ਕਿਉਂਕਿ ਥੋੜ੍ਹਾ ਜਿਹਾ ਸਮਾਂ ਆਪਾਂ ਜ਼ਿਆਦਾ ਲੈ ਗਏ ਹੈ, ਕਿਉਂਕਿ ਸਾਰੇ ਮੁੱਦਿਆਂ 'ਤੇ ਗੱਲਬਾਤ ਕੀਤੀ ਇਹਨਾਂ ਨੇ, ਖੁੱਲ੍ਹ ਕੇ ਇੱਕ ਇੱਕ ਗੱਲ ਆ ਜਿਹੜੀ ਉਹ ਜਿਹੜੀ ਸਰਕਾਰ ਦੇ ਸਾਹਮਣੇ ਰੱਖੀ ਹੈ। ਤਾਂ ਸਿੱਧੇ ਤੌਰ 'ਤੇ ਇਹਨਾਂ ਨੇ ਕਿਹਾ ਕਿ ਕੋਈ ਵੀ ਹੈ ਸਰਕਾਰ ਹੈ ਇਹ ਪੰਚਾਇਤਾਂ ਭੰਗ ਕਾਨੂੰਨ ਦੇ ਹਿਸਾਬ ਨਾਲ ਕਰ ਸਕਦੀ ਹੈ, ਪਰ ਉਸ ਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੋਣਾ ਚਾਹੀਦਾ, ਤਾਂ ਉਹ ਰੀਜ਼ਨ ਤੋਂ ਬਗੈਰ ਜਿਹੜੀਆਂ ਇਹ ਪੰਚਾਇਤਾਂ ਭੰਗ ਕੀਤੀਆਂ ਨੇ, ਹਾਲਾਂਕਿ ਕੋਰਟ ਦਾ ਰੁੱਖ ਵੀ ਕੀਤਾ ਗਿਆ ਇਹਨਾਂ ਵੱਲੋਂ। ਤਾਂ ਸਾਰੀਆਂ ਜਿਹੜੀਆਂ ਦਿੱਕਤਾਂ ਲੋਕਾਂ ਨੂੰ ਆਉਣਗੀਆਂ 4 ਤੋਂ ਜਿਹੜੇ 5 ਮਹੀਨੇ ਜਿੰਨਾ ਟਾਈਮ ਜਿਹੜੀਆਂ ਵੋਟਾਂ ਨਹੀਂ ਪੈਂਦੀਆਂ ਪੰਚਾਇਤੀ ਚੋਣਾਂ ਨਹੀਂ ਹੁੰਦੀਆਂ, ਉਹ ਵੀ ਗੱਲ ਇਹਨਾਂ ਨੇ ਸਰਕਾਰ ਦੇ ਸਾਹਮਣੇ ਰੱਖੀ ਹੈ। ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰਬੰਧਕ ਲਾਏ ਜਾਣਗੇ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਨਗੇ, ਲੋਕਾਂ ਦੀ ਖੱਜਲ ਖੁਆਰੀ ਘਟੂਗੀ ਜਾਂ ਵਧੂਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਫਰੀਦਕੋਟ ਤੋਂ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ
अपने लोग। सत श्री अकाल जी, मैं हाँ कुलराज रंधावा, तुसी वेख रहे हो D5 चैनल पंजाबी, जिहड़ा लॉन्च हो चुका है हुण कैनेडा।